ज्ञान पया तह करम नास कृत कारण दद मथयान जीवत मुकत सदा निर्बान कह रविदास परम बैराग हृदय राम की ना जपस अपाग कह रविदास परम बैराग हृदय राम की ना जपस अपाग। वाहे गुरु जी का खालसा, वाहे गुरु जी की फतेह। पैरों राग अंदर भगत बाणी दे विच भगत रविदास जी का यह पहला शब्द है। इस दी विचार भाई हरविंदर सिंह जी आप जी नूं सरवण करवाउणगे। एक दिन दा उन्हां दा समा है साढ़े पास। संगत वल्लों, प्रबंधक सेवादारां वल्लों भाई साहब जी दा बहुत बहुत धन्नवाद। सिख साहित अते जो चित्र प्रदर्शनी है ये 26 तरीक तक रहेगी। गुरु साहब महाराज जी दे पावन प्रकाश पुरब वास्ते जो लाइटां लगियां सन वो अज शाम तक रहनगियां। सो आप जी गुरु दरबार इस अलौकिक दृश्य दा आनंद माण सकदे हो। तिलक जंजू दे राखे गुरु तेग बहादुर साहब महाराज जी दा शहीदी गुरपुरब 12 तरीक नूं है। 12 तरीक नूं ही नगर कीर्तन होवेगा। 13 तरीक दे फिर विशेष समागम गुरद्वारा रकाबगंज साहब होणगे। गुरु कलगीधर पातशाह जी दा गुरु तागत दी गुरपुरब 10 तरीक दा है। आप जी ने सेवा करके हाजरियां भर के गुरु कियां बख्शिशां प्राप्त करनियां जी। वाहेगुरु जी का खालसा, वाहेगुरु जी की फतेह। एक ओंकार सतनाम करता पुरख निरभउ नैर अकाल मूरत अजूनी सैभं गुरु प्रसाद। सतगुरु पातशाह साहिब जी दे हजूर सत संगत जीओ अदब सहित फतेह प्रवान करना जी। वाहेगुरु जी का खालसा, वाहेगुरु जी की फतेह। आपणे भाव ते प्यार सहित मन बिरतियां नूं जोड़े सतगुरु बाला प्रीतम श्री गुरु हरकृष्ण साहिब जी के पावन स्थान ते शब्द स्वरूप नाल अपना चित ला के सावधान एकाग्र चीत होए जुड़ मिल बैठे हो। पातशाह गुरदेव जी दियां बेअंत महरहमता ते वडियाईयां जो संगत विच सदा वरतदियां ने आप उन्हां दे सांझी ते तारणी होयो। किरपालता करना, अपने निर्मल हिरदे चों अरदास करना जो गुरु पातशाह साहिब जी रहमत करन पावन शब्द दी विचार
ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘੱਟ ਘੱਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ 'ਚ ਬਤੀਤ ਕਰਾਈਏ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਅਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਇਸ ਸਥਾਨ 'ਤੇ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀ ਬਖਸ਼ਿਸ਼ ਜੋ ਪਿਆਰ ਇੱਥੇ ਵਰਤ ਰਹੇ ਹੈ ਉਸਦੇ ਅਮੁੱਕ ਭੰਡਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜਦੋਂ ਸਾਨੂੰ ਪ੍ਰਾਪਤ ਹੋਇਆ, ਅੱਜ ਜਦੋਂ ਬਖਸ਼ਿਸ਼ ਦਾ ਦਰ ਖੋਲ੍ਹਿਆ ਅਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤਰੀ ਤੱਕ ਇੱਥੇ ਨਤਮਸਤਕ ਹੋਣ ਵਾਲੇ ਪਿਆਰਿਆਂ ਵਾਸਤੇ ਪਾਤਸ਼ਾਹ ਸਾਹਿਬ ਜੀ ਨੇ ਇੱਕ ਉਪਦੇਸ਼ ਸਾਨੂੰ ਦਿੱਤਾ, ਕਿਉਂਕਿ ਸ਼ਬਦ ਗਿਆਨ ਸਰੂਪ ਹੈ, ਸ਼ਬਦ ਜੁਗਤ ਹੈ, ਸ਼ਬਦ ਦੇ ਵਿੱਚ ਜੀਵਨ ਨੂੰ ਸਵਾਰਨ ਦੀ ਜੁਗਤ ਹੈ। ਕਿਉਂਕਿ ਅੱਜ ਤੱਕ ਦੇ ਜਿਤਨੇ ਵੀ ਲੋਕ ਇਸ ਪੱਖ ਦੇ ਵਿਦਵਾਨ ਹੋਏ ਨੇ ਮੰਨਦੇ ਨੇ ਕਿ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੇ ਹੀ ਯਤਨ ਕਰ ਰਹੇ ਹਾਂ, ਭਾਵੇਂ ਉਹ ਧਰਮ ਗਿਆਨ ਕਰਕੇ ਹੋਵੇ, ਭਾਵੇਂ ਉਹ ਸੰਸਾਰ ਦੇ ਵਿਗਿਆਨ ਕਰਕੇ ਹੋਵੇ। ਮਨੁੱਖ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਵਿੱਚ ਹੀ ਹੈ, ਬਸ ਫਰਕ ਇਤਨਾ ਕੁ ਹੈ ਕਿ ਸਵਾਰਨ ਦੇ ਆਹਰ ਦੇ ਵਿੱਚ ਕੁਝ ਬਾਹਰੋਂ ਸਵਾਰੀ ਜਾਂਦਾ ਹੈ ਅਤੇ ਕੋਈ ਅੰਦਰੋਂ ਸਵਾਰਨ ਦਾ ਯਤਨ ਕਰ ਲੈਂਦਾ ਹੈ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਜੋ ਆਗਮਨ ਪੁਰਬ ਦੀਆਂ ਖੁਸ਼ੀਆਂ ਆਪ ਜੀ ਨੇ ਪਿਛਲੇ ਦਿਨਾਂ 'ਚ ਰਲ ਰਲ ਕੇ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਨੇ ਸਾਂਝੀਆਂ ਕੀਤੀਆਂ ਨੇ, ਆਪ ਨੂੰ ਮੁਬਾਰਕਾਂ, ਸਾਨੂੰ ਸਾਰਿਆਂ ਨੂੰ ਮੁਬਾਰਕਾਂ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਕਿ ਅਸੀਂ ਇਹਨਾਂ ਸਮਿਆਂ ਨੂੰ ਮਾਣ ਰਹੇ ਹਾਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਾਰੀਖ ਨੇ ਸਾਨੂੰ ਦੱਸਿਆ ਕਿ ਭਾਈ 550 ਸਾਲ ਇਸ ਬਖਸ਼ਿਸ਼ ਨੂੰ ਵਰਤਾਉਂਦਿਆਂ ਹੋ ਗਏ, ਇਹ ਮਹਾਨ ਸਮਾਗਮ ਸਾਨੂੰ ਪ੍ਰਾਪਤ ਹੋਏ, ਸਮਾਂ ਮਿਲਿਆ। ਸ਼ੁਰੂਆਤੀ ਆਰੰਭਤਾ ਸਾਹ ਕੀਤੀ ਹੈ, ਮੁਕੰਮਲਤਾ ਤੱਕ ਅਸੀਂ ਕਿਤਨੇ ਜੀ ਵਿੱਚ ਸ਼ਾਮਿਲ ਹੋਵਾਂਗੇ ਇਹਦਾ ਦਾਅਵਾ ਨਹੀਂ ਹੈ ਕਿ ਜਦੋਂ 1 ਸਾਲ ਬਾਅਦ ਫਿਰ ਇਸੇ ਤਰ੍ਹਾਂ ਇਹ ਕਿਹਾ ਜਾਏਗਾ ਕਿ ਭਾਈ 550 ਸਾਲਾ ਪ੍ਰਕਾਸ਼ ਪੁਰਬ ਹੈ, ਸਾਡੇ 'ਚੋਂ ਕਿਤਨੇ ਜੀ ਇਸ ਧਰਤੀ 'ਤੇ ਮੌਜੂਦ ਹੋਣਗੇ ਇਸ ਰੂਪ ਦੇ ਵਿੱਚ, ਕੋਈ ਦਾਅਵਾ ਥੋੜ੍ਹਾ। ਪਰ ਮੁਬਾਰਕ ਹੈ ਕਿ ਅੱਜ ਬੈਠੇ ਆ, ਅੱਜ ਹਾਂ ਇਹ ਮੁਬਾਰਕ ਹੈ, ਇਸੇ ਨੂੰ ਮਾਣ ਸਕੀਏ, ਇਸੇ 'ਚ ਹੀ ਮਨਾ ਸਕੀਏ, ਕਿਉਂਕਿ ਅਗਲੇ ਪਲ ਦਾ ਸਾਨੂੰ ਕੋਈ ਦਾਅਵਾ ਨਹੀਂ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੋ ਜੀਵਨ ਜੁਗਤ ਸਾਨੂੰ ਮਿਲਦੀ ਹੈ ਉਹ ਸਾਰੀ ਗੁਰਬਾਣੀ ਦੇ ਸ਼ਬਦ ਸਰੂਪ 'ਚੋਂ ਪ੍ਰਾਪਤ ਕਰਨੀ ਹੈ। ਅੱਜ ਕਿਸੇ ਨੇ ਵੀ ਆਪਣੇ ਜੀਵਨ ਨੂੰ ਸਵਾਰਨਾ ਹੈ ਅਤੇ ਉਹ ਗੁਰਬਾਣੀ ਦੇ ਸ਼ਬਦ ਨੂੰ ਪੜ੍ਹੇ, ਸੁਣੇ ਅਤੇ ਵਿਚਾਰੇ। ਗੁਰਬਾਣੀ ਜੀਵਨ ਨੂੰ ਬਾਹਰੋਂ ਨਹੀਂ ਸਵਾਰਦੀ। ਅੱਜ ਤੱਕ ਦੇ ਜਿਤਨੇ ਵੀ ਸਾਡੇ ਵੱਡੇ ਹੋਏ ਨੇ ਕਦੇ ਗੁਰਬਾਣੀ ਦਰਸ਼ਨ ਪੜ੍ਹਨ ਵਾਲੇ ਨੇ ਕਿਹਾ ਵੀ ਤੁਸੀਂ ਇੱਦਾਂ ਦੇ ਕੱਪੜੇ ਪਾਓਗੇ ਤਾਂ ਹੀ ਗੁਰੂ ਨਾਨਕ ਦੀ ਖੁਸ਼ੀ ਮਿਲੇਗੀ। ਅੱਜ ਤੱਕ ਜਿਤਨਾ ਕੋਈ ਇਤਿਹਾਸ ਵਡੇਰਿਆਂ ਦੀ ਸੰਗਤ ਕਰਦਿਆਂ ਪੜ੍ਹਿਆ ਜਾਂ ਸੁਣਿਆ, ਕਦੇ ਕਿਸੇ ਕਿਹਾ ਕਿ ਭਾਈ ਤੂੰ ਇਹੋ ਜਿਹੇ ਰੰਗ ਦੇ ਲਿਬਾਸ ਪਾਏਗਾ ਤਾਂ ਇੱਥੇ ਆ ਕੇ ਬਾਲਾ ਪ੍ਰੀਤਮ ਦੀ ਬਖਸ਼ਿਸ਼ ਵਰਤੇਗੀ? ਨਹੀਂ, ਬਸ ਸਾਰੇ ਪਿਆਰੇ ਵਡੇਰੇ ਇੱਕ ਕਹਿੰਦੇ ਨੇ ਤੇਰਾ ਮਨ ਨਿਰਮਲ ਹੋ ਜਾਏ, ਤੂੰ ਵਿਕਾਰਾਂ ਤੋਂ ਰਹਿਤ ਹੋ ਜਾ, ਗੁਰੂ ਨਾਨਕ ਦੀ ਬਖਸ਼ਿਸ਼ ਦਾ ਪਾਤਰ ਬਣ ਜਾ। ਬਸ ਇੱਥੇ ਤਾਂ ਦੋ ਪੱਖ ਇਕੱਠੇ ਵਰਨੇ,
ਅਸਾਂ ਨੇ ਜਿਤਨਾ ਕੁ ਹੋ ਸਕੇ ਆਪਣੇ ਅੰਦਰ ਦੀ ਮੈਂ ਦੀ ਪ੍ਰਵਿਰਤੀ ਨੂੰ ਮਿਟਾਉਣਾ ਹੈ, ਅਤੇ ਜਦੋਂ ਆਪਣੇ ਵੱਲੋਂ ਜਿਤਨਾ ਕੁ ਮਿਟਾ ਸਕੇ ਇੱਥੇ ਆਵਾਂਗੇ, ਅਤੇ ਬਾਕੀ ਗੁਰੂ ਕਿਰਪਾ ਕਰਕੇ ਮਿਟਾ ਦੇਣਗੇ, ਅੰਦਰ ਸ਼ੁੱਧ ਹੋ ਜਾਏਗਾ। ਆਵਾਂਗੇ ਅਸੀਂ ਕੁਛ ਹੋਰ, ਪਰ ਜਾਣਾ ਤਾਂ ਸਾਨੂੰ ਕੁਛ ਹੋਰ ਚਾਹੀਦਾ ਨਾ। ਆਏ ਹਾਂ ਕੀ ਹਾਂ ਪਤਾ ਨਹੀਂ, ਹੋ ਸਕਦਾ ਚੋਰ ਹੋਈਏ, ਕੋਈ ਠੱਗ ਹੋਵੇ, ਕੋਈ ਕੁਛ ਹੋਵੇ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਇਸ ਧਾਰਾ 'ਚ ਮਿਲ ਗਏ ਫਿਰ ਅਸੀਂ ਕੁਛ ਵੀ ਨਹੀਂ ਹਾਂ, ਫਿਰ ਸਿਰਫ ਰਹਿ ਜਾਂਦਾ। ਜੇ ਦੁਨੀਆਂ ਦੇ ਤਮਾਮ ਨਿੱਕੇ ਨਿੱਕੇ ਨਦੀਆਂ ਨਾਲੇ ਟੋਬੇ ਇੱਧਰੋਂ ਉੱਧਰੋਂ ਆਉਂਦੇ ਹੋਣਗੇ, ਪਰ ਜਦ ਗੰਗਾ ਦੇ ਵਿੱਚ ਮਿਲ ਜਾਂਦੇ ਨੇ, ਕਿ ਗੰਗਾ ਦੇ ਵਿੱਚ ਮਿਲ ਜਾਣ ਤੋਂ ਬਾਅਦ ਵਿੱਚ ਕਿਸੇ ਦਾ ਕੋਈ ਜਾਤੀ ਨਾਮ ਰਹਿ ਜਾਂਦਾ? ਅਤੇ ਸਭ ਦਾ ਇੱਕੋ ਜਵਾਬ ਹੈ, ਨਹੀਂ, ਸਿਰਫ ਗੰਗਾ ਰਹਿੰਦੀ ਹੈ। ਆ ਇੰਨੀ ਵੱਡੀ ਜਮੁਨਾ ਨਦੀ ਹੈ, ਜਦੋਂ ਇਹ ਗੰਗਾ ਦੇ ਵਿੱਚ ਮਿਲਦੀ ਹੈ, ਕੀ ਇੱਕ ਕਦਮ ਬਾਅਦ ਵਿੱਚ ਇਹਦਾ ਨਾਮ ਰਹਿੰਦਾ? ਸਦਾ ਵਾਸਤੇ ਇਹਦਾ ਨਾਮ ਮਿਟ ਜਾਂਦਾ ਹੈ। ਕੀ ਇਹ ਮੁੱਕ ਜਾਂਦੀ ਹੈ? ਨਹੀਂ, ਮੁੱਕਦੀ ਨਹੀਂ ਹੈ, ਨਾਮ ਮਿਟਦਾ ਹੈ, ਇਹ ਮਿਲ ਜਾਂਦੀ ਹੈ। ਬਸ ਇਹਨਾਂ ਅੱਖਰਾਂ ਸ਼ਬਦਾਂ ਦਾ ਭੇਤ ਹੀ ਸਮਝਣਾ ਹੁੰਦਾ। ਇਹ ਗੰਗਾ ਦੇ ਵਿੱਚ ਮੁੱਕਦੀ ਨਹੀਂ ਹੈ, ਇਹਦਾ ਨਾਮ ਮਿਟਦਾ ਹੈ, ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ, ਅਤੇ ਮਿਲ ਕੇ ਫਿਰ ਗੰਗਾ ਦਾ ਰੂਪ ਹੋ ਜਾਂਦੀ ਹੈ। ਅਤੇ ਗੰਗਾ ਸਾਗਰ 'ਚ ਜਾ ਕੇ ਮਿਟਦੀ ਥੋੜ੍ਹਾ ਹੈ, ਸਾਗਰ 'ਚ ਮਿਲ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਜਿਤਨੇ ਵੀ ਅਭਿਆਸੀ ਜਗਿਆਸੂ ਪਿਆਰੇ ਨੇ, ਜਦੋਂ ਪਾਤਸ਼ਾਹ ਕਹਿੰਦੇ ਨੇ ਭਾਈ ਆਪਣੇ ਆਪ ਨੂੰ ਮਿਟਾਓ, ਤੇ ਕੀ ਸਭ ਮਿਟ ਜਾਵੇਗਾ? ਨਹੀਂ, ਬਾਹਰਲਾ ਜੋ ਨਾਮ ਹੈ ਉਹ ਮਿਟੇਗਾ, ਹੋਂਦ ਮਿਟੇਗੀ, ਹੰਕਾਰ ਮਿਟੇਗਾ। ਸ਼ਾਇਦ ਇਹ ਜੁਗਤ ਅੱਜ ਮਿਲੀ ਹੈ, ਵਡੇਰਿਆਂ ਨੇ ਪੜ੍ਹਿਆ ਹੋਣਾ, ਜਿਹੜੇ ਨਤਮਸਤਕ ਹੁਣ ਆ ਰਹੇ ਨੇ, ਸਾਡੇ ਵਡੇਰਿਆਂ ਤੋਂ ਪਰੰਪਰਾ ਬਣੀ ਵਾਰ ਬੋਰਡ 'ਤੇ ਲਿਖ ਕੇ ਲਾਇਆ ਜਾਂਦਾ ਹੈ, ਸ਼੍ਰੀ ਮੁੱਖ ਵਾਕ ਅੱਜ ਦਾ ਇੱਥੇ, ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਤੱਕ ਮੇਰੇ ਅੰਦਰ ਮੈਂ ਇਹ ਭਾਵ ਰਹੇਗਾ, ਤੂੰ ਦੀ ਗੱਲ ਹੋਰ ਹੋ ਨਹੀਂ ਪਾਏਗੀ। ਇੱਥੇ ਮੱਥਾ ਟੇਕਣ ਤੋਂ ਬਾਅਦ ਕਿਤੇ ਸਾਡੇ ਅੰਦਰੋਂ ਇਹ ਗੱਲ ਉੱਠ ਸਕੇ, ਅਬ ਤੂੰ ਹੀ ਮੈਂ ਨਾ। ਹੁਣ ਮਹਾਰਾਜ ਤੂੰ ਹੀ ਤੂੰ ਹੈ, ਹੁਣ ਤੇ ਸਿਰਫ ਤੁਸੀਂ ਹੀ ਤੁਸੀਂ ਹੋ, ਹੁਣ ਮੈਂ ਨਹੀਂ ਹਾਂ। ਤੇ ਜਦੋਂ ਤੁਸੀਂ ਤੁਸੀਂ ਹੋ, ਤੇ ਫਿਰ ਅਸੀਂ ਨਦੇ ਨਾਲੇ ਕੀ ਸਭ ਕੀਮਤ ਮੁੱਕ ਗਈ, ਅਸੀਂ ਗੰਗਾ ਹੋ ਗਏ, ਅਸੀਂ ਸ਼ਵ ਸਾਗਰ 'ਚ ਮਿਲਣਾ। ਪਰ ਸਾਡੀ ਮਨੁੱਖੀ ਇੱਕ ਮਜ਼ਬੂਰੀ ਹੈ, ਮਨੁੱਖੀ ਸੁਭਾਅ 'ਚੋਂ ਇੱਦਾਂ ਦਾ ਹੋਇਆ, ਸਾਡੀ ਸੋਚ ਸਾਡੀ ਮਨੋਬਿਰਤੀ ਛੋਟੀ ਜਿਹੀ ਹੁੰਦੀ ਹੈ। ਅਸੀਂ ਜਿਸ ਚੀਜ਼ ਨੂੰ ਦੇਖ ਲੈਂਦੇ ਹਾਂ ਉਸ 'ਤੇ ਵਿਸ਼ਵਾਸ ਕਰ ਲੈਂਦੇ ਹਾਂ, ਅਤੇ ਜਿਸ ਚੀਜ਼ ਨੂੰ ਦੇਖ ਨਹੀਂ ਸਕੇ ਉੱਤੇ ਵਿਸ਼ਵਾਸ ਕਰਨਾ ਬੜਾ ਔਖਾ ਹੈ। ਔਰ ਇਹ ਮਸਲਾ ਅੱਜ ਦਾ ਨਹੀਂ ਹੈ ਕਿ ਤਰਕ ਵਾਲੇ ਉਠਾਉਂਦੇ ਨੇ ਕਿ ਤੁਸੀਂ ਆਪਣੇ ਗੁਰੂ ਦੇ ਦਰਸ਼ਨ ਕਰਾ ਸਕਦੇ ਹੋ, ਕਿ ਤੁਸੀਂ ਪਰਮਾਤਮਾ ਦੇਖੇ ਹੈ, ਇਹ ਅੱਜ ਦਾ ਨਹੀਂ ਹੈ, ਸਦੀਆਂ ਤੋਂ ਇਹ ਤਰਕ ਉੱਠਦਾ ਹੈ ਕਿ ਰੱਬ ਦੇ ਦਰਸ਼ਨ ਹੋ ਸਕਦੇ ਨੇ, ਕਿ ਰੱਬ ਕਿਸੇ ਵੇਖੇ ਹੈ, ਉਹਦਾ ਕੀ ਰੰਗ ਰੂਪ ਹੈ, ਸਦੀਆਂ ਤੋਂ ਉੱਠਦਾ ਹੈ, ਸਦੀਆਂ ਤੋਂ। ਔਰ ਉਦੋਂ ਤੋਂ ਤਾਂ ਪਿਆਰੇ ਇਹ ਕਹਿੰਦੇ ਆਏ ਨੇ ਕਿ ਹੈਗਾ ਭਾਈ, ਪਰ ਦਿਖਾ ਨਹੀਂ ਸਕਦੇ। ਪਤਾ ਕਿਉਂ? ਜੇ ਕਿਸੇ ਇੱਕ ਪਿਆਰੇ ਨੂੰ ਉਹਦਾ ਕੋਈ ਸਰੂਪ ਝਲਕ ਦਿਸੀ ਵੀ ਹੈ ਤੇ ਉਹ ਸਿਰਫ ਉਹਦੇ ਵਾਸਤੇ ਹੈ, ਦੂਜੇ ਵਾਸਤੇ ਨਹੀਂ ਹੈ। ਇਸੇ ਕਰਕੇ ਗਿਆਨ ਖੇਤਰ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਨਿਰੰਕਾਰ ਹੈ, ਨਿਰਾਕਾਰ ਹੈ, ਪਰ ਭਗਤਾਂ ਵਾਸਤੇ ਉਹ ਸਾਕਾਰ ਹੋ ਜਾਂਦਾ ਹੈ। ਗਿਆਨੀਆਂ ਵਾਸਤੇ ਉਹ ਨਿਰਾਕਾਰ ਹੁੰਦਾ ਹੈ ਤੇ ਭਗਤਾਂ ਵਾਸਤੇ ਸਾਕਾਰ ਹੁੰਦਾ ਹੈ। ਅੱਜ ਵੀ ਅਸੀਂ ਗਿਆਨ ਖੇਤਰ 'ਚ ਕਹਿ ਰਹੇ ਹਾਂ ਗੁਰੂ ਨਿਰੰਕਾਰ ਹੈ, ਗੁਰੂ ਦਾ ਕੋਈ ਆਕਾਰ ਨਹੀਂ, ਗੁਰੂ ਸ਼ਬਦ ਰੂਪ ਹੈ। ਆਪਾਂ ਸਾਰੇ ਕਹਿੰਦੇ ਹਾਂ ਅਤੇ ਮੰਗਦੇ ਕੀ ਹਾਂ, ਦਰਸ਼ਨ ਦੀ ਜੈ ਖੋਲ ਕੀ ਵਾਰ, ਮੰਗ ਸਾਰੇ ਇਹ ਰਹੇ ਹਾਂ ਮਹਾਰਾਜ ਦਰਸ਼ਨ ਦਿਓ। ਇੱਧਰ ਨੂੰ ਤੁਰਿਆ ਆਉਣ ਵਾਲਾ ਜੀ ਪੁੱਛੀਏ ਕਿੱਧਰ ਚੱਲੇ ਹੈ, ਦਰਸ਼ਨ ਕਰਨ ਚੱਲੇ ਹਾਂ। ਗਿਆਨੀ ਕਹਿ ਰਿਹਾ ਇਹ ਨਿਰਾਕਾਰ ਹੈ, ਆਕਾਰ ਨਹੀਂ ਉਹਦਾ ਕੋਈ। ਗਿਆਨੀ ਕੂਕ ਕੂਕ ਕੇ ਕਹੇਗਾ ਨਾ ਭਾਈ ਉਹ ਤਾਂ ਦੇਖਣ ਦਾ ਵਿਸ਼ਾ ਨਹੀਂ ਹੈ, ਗੁਰੂ ਦੇਖਿਆ ਨਹੀਂ ਜਾਂਦਾ। ਪਰ ਹਰ ਜੀ ਆਉਣ ਵਾਲਾ
ਫਿਰ ਕਹਿ ਰਿਹਾ ਨਹੀਂ ਮੈਂ ਤਾਂ ਦਰਸ਼ਨ ਕਰਨ ਚੱਲਿਆ, ਇੱਥੇ ਖਲੋ ਕੇ ਕੀ ਮੰਗਦੇ ਹਾਂ? ਮਹਾਰਾਜ ਦਰਸ਼ਨ ਦੀ ਤੇ ਮੁਖਵਾਕ ਲੈਣ ਲੱਗਾ। ਹਰ ਗ੍ਰੰਥੀ ਸਿੰਘ ਭਾਵੇਂ ਉਮਰ ਦੇ ਮੁਕਾਮ 'ਤੇ ਕਿਤੇ ਵੀ ਖੜਾ ਹੋਵੇ, ਉਹ ਜਦੋਂ ਵੀ ਰੁਮਾਲ ਨੂੰ ਹੱਥ ਪਾ ਕੇ ਰੁਮਾਲ ਚੁੱਕੇਗਾ ਕੀ ਕਹੇਗਾ? ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੀ ਵਾਰ। ਉਹ ਦਰਸ਼ਨ ਦਾ ਇੱਕ ਰਹੱਸ ਹੈ ਜੋ ਹਰ ਲੈਵਲ 'ਤੇ ਅਲੱਗ ਹੈ, ਹਰ ਲੈਵਲ 'ਤੇ ਅਲੱਗ ਹੈ। ਕੋਈ ਉੱਥੇ ਮਸਤ ਹੈ, ਕੋਈ ਉੱਥੇ ਮਸਤ ਹੈ, ਇਸੇ ਕਰਕੇ ਆਪਾਂ ਤਰਕਣੀ ਨਹੀਂ ਕਰਦੇ। ਪਰ ਇੱਕ ਗੱਲ ਮਨੁੱਖੀ ਖੇਤਰ ਵਿੱਚ ਹੈ, ਜਦੋਂ ਤੱਕ ਦੇਖ ਨਾ ਲਈਏ ਤਸੱਲੀ ਨਹੀਂ ਹੁੰਦੀ। ਇਹ ਸੁਭਾਅ ਦੀ ਤਸੱਲੀ ਹੈ। ਹਾਂ, ਜਾਂ ਤਾਂ ਸਾਡਾ ਮਨੁੱਖੀ ਸੁਭਾਅ ਹੀ ਬਦਲ ਜਾਏ ਤਾਂ ਫਿਰ ਹੋਰ ਗੱਲ ਹੈ। ਸ਼ਾਇਦ ਇਸੇ ਕਰਕੇ ਕਰਕੇ ਗਿਆਨੀਆਂ ਨੇ ਦਰਸ਼ਨ ਦੇ ਕਈ ਰੂਪ ਬਦਲ ਦਿੱਤੇ। ਅਸੀਂ ਤਾਂ ਅੱਖਾਂ ਨਾਲ ਵੇਖਣ ਨੂੰ ਦਰਸ਼ਨ ਕਹਿੰਦੇ ਹਾਂ, ਲੋਕਾਂ ਨੇ ਕਹਿਤਾ ਨਹੀਂ, ਸ਼ਰਵਣ ਦਰਸ਼ ਵੀ ਹੁੰਦੇ ਆ ਭਾਈ, ਸ਼ਰਵਣ ਦਰਸ਼ਨ ਸੁਣਿਆ ਅਤੇ ਉਹਦਾ ਜੋ ਤਸੱਵਰ ਹੈ ਉਹ ਮਨ ਵਿੱਚ ਆ ਗਿਆ, ਇੱਦਾਂ ਦਾ ਹੋ ਸਕਦਾ ਹੈ। ਸ਼ਾਇਦ ਇਹੀ ਭਗਤੀ ਭਾਵ ਦਾ ਜੋ ਪਰਮਾਤਮਾ ਦਾ ਸਰੂਪ ਹੈ ਉਹ ਸ਼ਰਵਣ ਦਰਸ਼ਨ 'ਤੇ ਨਿਰਭਰ ਕਰਦਾ। ਜਿਉਂ ਜਿਉਂ ਉਹਦੀ ਤਾਰੀਫ ਅਤੇ ਉਹਦੀ ਵਡਿਆਈ ਬਣਿਆ, ਉਹਦੀ ਵਡਿਆਈ ਅਤੇ ਤਾਰੀਫ ਦੇ ਸਦਕੇ ਹਰ ਇੱਕ ਭਗਤ ਦੇ ਮਨ ਵਿੱਚ ਇੱਕ ਸਕੈਚ ਬਣਦਾ ਜਾਂਦਾ, ਮੇਰਾ ਸਾਹਿਬ ਇੱਦਾਂ ਦਾ ਹੁੰਦਾ, ਮੇਰਾ ਸਾਹਿਬ ਇੱਦਾਂ ਦਾ ਹੋਵੇਗਾ। ਅਸੀਂ ਹੁਣੇ ਕੀਰਤਨ ਸੁਣਦੇ ਸਾਂ, ਵੱਡੀ ਹੋ ਵੱਡਾ ਦਰਬਾਰ, ਬਹੁਤ ਉੱਚਾ ਅਤ ਉੱਚਾ ਕਤਾਕਾ ਦਰਬਾਰਾ। ਅਸੀਂ ਤੇ ਪਹੁੰਚਣਾ ਹੈ ਗੁਰੂ ਕਿਰਪਾ ਕਰਨ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਤੂੰ ਤੇ ਮੈਂ ਦਾ ਭੇਤ ਮਿਟੇ, ਇਸੇ ਵਾਸਤੇ ਸਾਰੀ ਜੱਦੋ ਚਾਹਦ ਹੈ। ਬੇਸ਼ੱਕ ਅਸੀਂ ਤਰਕ ਵਿਤਰਕ 'ਚ ਉਲਝ ਗਏ ਹਾਂ, ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਤਰਕ ਵਿਤਰਕਾਂ 'ਚ ਇੱਕ ਦੂਜੇ ਨੂੰ ਉਲਝ ਕੇ ਰਹਿ ਗਏ, ਨਾਦਾਨ ਬੱਚਿਆਂ ਵਾਂਗ। ਨਹੀਂ, ਅਸੀਂ ਉਲਝਣਾ ਨਹੀਂ ਹੈ, ਅਸਾਂ ਤਾਂ ਅੱਗੇ ਜਾਣਾ ਹੈ, ਅਸਾਂ ਤਾਂ ਉੱਥੇ ਜਾਣਾ ਜਿੱਥੇ ਤੂੰ ਹੀ ਤੂੰ ਹੈ। ਅਤੇ ਕਿੱਦਾਂ ਹੋਏਗਾ ਉਸ ਜੱਦੋ ਜਹਿਦ ਤੱਕ ਪ੍ਰਕਿਰਤੀ ਦੇ ਵਿੱਚ ਕੀ ਕੁਝ ਵਰਤਦਾ ਹੈ ਫਿਰ ਉਹ ਅੱਜ ਮਹਾਰਾਜ ਸਾਨੂੰ ਦੱਸਦੇ ਨੇ। ਸੁਭਾਅ ਸਾਡਾ ਹੈ, ਸਾਨੂੰ ਉਸ 'ਤੇ ਹੌਲੀ ਹੌਲੀ ਆਪਣੇ ਸੁਭਾਅ 'ਚੋਂ ਹੀ ਲੰਘ ਕੇ ਅੱਗੇ ਜਾਣਾ ਹੈ ਨਾ। ਜਿਵੇਂ ਅਸੀਂ ਪਹਾੜ ਦੀ ਚੋਟੀ 'ਤੇ ਜਾਣਾ ਅਤੇ ਭਾਈ ਜੋ ਬਿਲਕੁਲ ਧਰਾਤਲ 'ਤੇ ਸੁੱਕਾ ਮੈਦਾਨ ਹੈ, ਰੜਾ ਪੱਥਰ ਹੈ, ਉਹਦੇ ਵਿੱਚੋਂ ਲੰਘ ਕੇ ਜਾਣਾ ਪਏਗਾ। ਹੋ ਸਕਦਾ ਉੱਥੇ ਚਿੱਕੜ ਵੀ ਹੋਵੇ, ਉੱਥੇ ਕੰਡੇ ਵੀ ਹੋਵਣ, ਸਭ ਕੁਛ ਹੋਵੇਗਾ, ਪਰ ਉਹਦੇ ਵਿੱਚੋਂ ਦੀ ਲੰਘ ਕੇ ਜਾਣਾ। ਕਿਉਂਕਿ ਕਿਸੇ ਪਹਾੜ ਦੇ ਟਿੱਕੇ ਰਹਿਣ ਵਾਸਤੇ ਇਹ ਨਿੱਕੇ ਨਿੱਕੇ ਨੁਕੀਲੇ ਪੱਤੇ ਚਿੱਕੜ ਜ਼ਰੂਰੀ ਹੈ, ਕੁਦਰਤ ਵਿੱਚ ਜ਼ਰੂਰੀ ਹੈ। ਜੇ ਫਲ ਖਾਣਾ ਅਤੇ ਸੁਰੱਖ ਦੇ ਸੁੱਕੇ ਹੋਏ ਸੱਕ, ਸੁੱਕੇ ਹੋਏ ਪੱਤੇ, ਉਹਦੀ ਜੜ੍ਹਾਂ 'ਚ ਵਿਚਰਦੇ ਹੋਏ ਨਿੱਕੇ ਨਿੱਕੇ ਜ਼ਹਿਰੀਲੇ ਕੀੜੇ ਜ਼ਰੂਰੀ ਨੇ। ਜੇ ਅਸੀਂ ਕਹੀਏ ਕਿ ਨਾ ਨਾ ਇਸ ਰੁੱਖ ਦੇ ਮੁੱਢ 'ਤੇ ਅੱਜ ਮੋਟੇ ਮੋਟੇ ਸੁੱਕੇ ਸੱਕ ਲੱਗੇ ਨੇ, ਇਹਨਾਂ 'ਤੇ ਕੋਈ ਸਵਾਦ ਹੀ ਨਹੀਂ ਗਾ, ਇਹ ਤਾਂ ਬਦਸ਼ਕਲ ਨੇ, ਸਭ ਖਤਮ ਕਰ ਦਿਓ, ਝਾੜ ਦਿਓ, ਲਾਹ ਦਿਓ, ਅਤੇ ਫਲ 'ਚ ਨਾ ਫਿਰ ਫਲ ਨਹੀਂ ਵੀ ਮਿਲੇਗਾ। ਸੁੰਦਰ ਫਲ ਪ੍ਰਾਪਤ ਕਰਨਾ ਹੈ ਅਤੇ ਉਹ ਮੁੱਢ 'ਤੇ ਜੜ੍ਹ 'ਤੇ ਮਿੱਟੀ ਘੱਟਾ ਅਤੇ ਰੂੜੀ ਚਾਹੀਦੀ ਹੈ, ਤਾਂ ਫਲ ਮਿਲੇਗਾ। ਜੇ ਕੋਈ ਕਹੇ ਨਹੀਂ ਜੀ ਰੂੜੀ 'ਚੋਂ ਤਾਂ ਬਦਬੂ ਆਉਂਦੀ ਹੈ, ਮੈਂ ਨਹੀਂ ਰੱਖਣਾ ਚਾਹੁੰਦਾ ਰੂੜੀ ਨੂੰ, ਤਾਂ ਭਾਈ ਫਿਰ ਫਲ ਵੀ ਨਹੀਂ ਮਿਲੇਗਾ। ਰੂੜੀ ਹੈ ਅਤੇ ਫਲ ਹੈ, ਜੇ ਉਹ ਨਿੱਕੇ ਨਿੱਕੇ ਸੁੱਕੇ ਸੱਕ ਨੇ, ਉਹ ਕੀੜੇ ਪਤੰਗੇ ਹੈ ਨੇ, ਅਤੇ ਫਲ ਹੈਗੇ ਨੇ। ਇਹ ਕੁਦਰਤ ਦਾ ਅਟਲ ਨਿਯਮ ਹੈ, ਇਹ ਹੌਲੀ ਹੌਲੀ ਸਟੈਪ ਟੂ ਸਟੈਪ ਤੁਰਿਆ ਜਾਂਦਾ ਹੈ। ਅਸੀਂ ਨਾਦਾਨ ਹਾਂ ਜੋ ਇਹ ਕਹਿਣ ਲੱਗ ਪਏ ਨੇ ਆਹ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ, ਆਹ ਨਹੀਂ ਨਹੀਂ। ਜੇ ਫਲ ਚਾਹੀਦਾ ਹੈ ਤਾਂ ਸਭ ਕੁਛ ਚਾਹੀਦਾ ਹੈ, ਸਭ ਕੁਛ ਚਾਹੀਦਾ। ਜੇ ਅੱਜ ਸਾਰੇ ਸ਼ਾਇਨ ਚਿੱਟੇ ਕੱਪੜੇ ਪਾ ਕੇ ਸਵੇਰੇ ਸਵੇਰੇ ਬੈਠ ਜਾਓ ਤਾਂ ਸੜਕ ਕੌਣ ਸਾਫ਼ ਕਰੇਗਾ? ਉਹ ਵੀ ਚਾਹੀਦਾ ਹੈ। ਅਸੀਂ ਵੇਖਦੇ ਨਾ, ਇੱਕ ਬੰਦਾ ਸਵੇਰੇ ਉੱਠਦਾ ਹੈ, ਉਹ ਇਸ਼ਨਾਨ ਪਾਨ ਕਰਦਾ ਹੈ, ਪੂਜਾ ਕਰਨ ਵਾਸਤੇ ਥਾਲੀ ਸਜਾਉਂਦਾ, ਕਿਸੇ ਮੰਦਰ ਨੂੰ ਗੁਰਦੁਆਰੇ ਨੂੰ ਤੁਰ ਪੈਂਦਾ, ਅਤੇ ਦੂਜਾ ਬੰਦਾ ਉੱਠਦਾ, ਉਹ ਸਵੇਰੇ ਉੱਠ ਕੇ ਉਹ ਵੀ ਤੁਰਦਾ ਹੈ, ਅਤੇ ਉਹ ਕਿਸੇ ਦਰਵਾਜ਼ੇ 'ਤੇ ਗਲੀ 'ਚ ਆਵਾਜ਼ ਦਿੰਦਾ ਨਾਲ ਹੀ ਸਾਫ਼ ਕਰਾ ਲਓ। ਅਜੇ ਉਹ ਮੰਦਰ ਨੂੰ ਤੁਰਿਆ ਜਾ ਰਿਹਾ ਹੁੰਦਾ ਅਤੇ ਉਹ ਆਵਾਜ਼ ਦੇ ਰਿਹਾ ਹੁੰਦਾ ਨਾਲ ਹੀ ਸਾਫ਼ ਕਰਾ ਲਓ, ਗਟਰ ਸਾਫ਼ ਕਰਾ ਲਓ।
ਹੁਣ ਦੋਨੋਂ ਬੰਦੇ ਚਾਹੀਦੇ ਨੇ। ਇੱਕ ਉਤਲੇ ਸ਼ਿਖਰ ਤੇ ਪੂਜਕ ਹੈ, ਪਰ ਸੱਚ ਚੱਲਣਾ ਉਹਦੀ ਪੂਜਾ ਤਾਂ ਹੀ ਨਿਰਭਰ ਟਿਕੀ ਰਹੇਗੀ ਜੋ ਨਾਲੀਆਂ ਸਾਫ਼ ਕਰਨ ਵਾਲਾ ਰੋਜ਼ਾਨਾ ਗਲੀ 'ਚ ਗੇੜਾ ਮਾਰੇਗਾ, ਰੋਜ਼ਾਨਾ ਫਿਰੇਗਾ, ਤਦ ਹੀ ਇਹ ਟਿਕਿਆ ਰਹਿ ਸਕੇਗਾ, ਨਹੀਂ ਤਾਂ ਪੂਜਾ ਵੀ ਨਹੀਂ ਕਰ ਪਾਏਗਾ। ਇਹ ਸਮਾਜ ਦੀ ਬਣਤਰ ਤਾਣਾ ਬਣਾ ਇਹੋ ਜਿਹੀ ਹੈ, ਸਭ ਕੁਛ ਜ਼ਰੂਰੀ ਹੈ। ਹਾਂ, ਇਹਦੇ ਵਿੱਚੋਂ ਅਸਾਂ ਤਰੱਕੀ ਕਰਦੇ ਜਾਣਾ, ਜਿਵੇਂ ਸੁੱਕੇ ਸੱਕਾਂ ਤੋਂ ਸੁੰਦਰ ਫੁੱਲ ਖਿੜ ਜਾਂਦੇ ਨੇ, ਇਸੇ ਤਰ੍ਹਾਂ ਸਾਡੀ ਇੱਕ ਫਿਤਰਤ ਹੈ ਮਨੁੱਖੀ, ਉਸ ਦਾ ਪਾਤਸ਼ਾਹ ਨੇ ਤਾਂ ਜੁਗਤ ਦੇ ਦਿੱਤੀ ਹੈ, ਅਸੀਂ ਉਸਨੂੰ ਕਿਤਨਾ ਪਕੜ ਪਾਵਾਂਗੇ, ਕਿਤਨਾ ਸਮਝ ਪਾਵਾਂਗੇ, ਕਿਤਨਾ ਗ੍ਰਹਿਣ ਕਰ ਪਾਵਾਂਗੇ, ਇਹ ਸਾਡੀ ਸਭ ਦੀ ਆਪੋ ਆਪਣੀ ਹੋਣੀ ਹੈ। ਯਤਨ ਕਰੀਏ, ਭੈਰੋਂ ਰਾਗ ਹੈ, ਬਚਨ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ ਹੀ ਆਇਆ, ਬਚਨ ਤਾਂ ਗੁਰੂ ਕਰਤੇ ਦਾ ਹੀ ਹੈ, ਪਰ ਪ੍ਰਾਪਤ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ ਹੋਇਆ, ਔਰ ਇਹ ਸ਼ਬਦ ਕਲਾ ਦਾ ਬਹੁਤ ਗਹਿਰਾ ਰਹੱਸ ਹੈ। ਹੈ ਤਾਂ ਉਸੇ ਗੁਰੂ ਕਰਤੇ ਦਾ ਸ਼ਬਦ ਹੀ, ਪਰ ਜਿਸ ਵੀ ਰਸਨਾ ਤੋਂ ਪ੍ਰਾਪਤ ਹੁੰਦਾ ਨਾ, ਉਸ ਰਸਨਾ ਦੇ ਆਲੇ ਦੁਆਲੇ ਜੋ ਰਸ ਹੁੰਦਾ ਹੈ ਉਹ ਵੀ ਨਾਲ ਚੱਲ, ਉਹ ਵੀ ਨਾਲ ਬੋਲਦਾ। ਇਸੇ ਕਰਕੇ ਜਦੋਂ ਵੀ ਰਵਿਦਾਸ ਸਾਹਿਬ ਦੇ ਬੱਚਨ ਆਣਗੇ, ਨਾਲ ਚਮੜਾ, ਨਾਲ ਰੰਬੀ, ਨਾਲ ਧਾਕਾ, ਇਹ ਚੱਲੇਗਾ। ਰਵਿਦਾਸ ਕਬੀਰ ਸਾਹਿਬ ਦੇ ਰਾਹੀਂ ਬੱਚਨ ਮਿਲੇਗਾ, ਉੱਥੇ ਖੱਡੀ ਅਤੇ ਧਾਕਾ ਚੱਲੇਗਾ, ਚੱਲੇਗਾ, ਕਿਉਂਕਿ ਕੁਦਰਤ ਹੈ। ਆਰੰਭਤਾ ਸਤਿਗੁਰ ਪੰਚਮ ਪਾਤਸ਼ਾਹ ਨੇ ਸਾਨੂੰ ਬਣਤਰ ਬਣਾ ਕੇ ਦਿੱਤੀ ਹੈ, ਇੱਕ ਓਅੰਕਾਰ ਸਤਿ ਗੁਰਪ੍ਰਸਾਦ, ਚਲੰਤ ਪਾਠ ਕੀਤਾ ਜਾਂਦਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਚਲੰਤ ਪਾਠ ਅਸੀਂ ਕਰਦੇ ਹਾਂ। ਪਰ ਠਹਿਰਨਾ, ਕਿਉਂਕਿ ਅਸੀਂ ਇੱਥੇ ਹੁਣ ਚਲੰਤ ਪਾਠ ਨਹੀਂ ਕਰ ਰਹੇ, ਅਸੀਂ ਸ਼ਬਦ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਮੂਲ ਮੰਤਰ ਦੇ ਦੋ ਸ਼ਬਦ ਨੇ, ਦੋ ਪਦ ਨੇ, ਇੱਕ ਓਅੰਕਾਰ ਸਤਿ, ਅਖੀਰਲਾ ਹੈ ਗੁਰਪ੍ਰਸਾਦ। ਅੱਜ ਇਹਨਾਂ ਨੇ ਕਿਤੇ ਭਾਸ਼ਾ ਵਿਗਿਆਨ ਨੂੰ ਪੜ੍ਹਿਆ ਸੁਣੇ ਲਿਖੇ ਹੈ, ਇੱਕ ਪੈਰਾਗ੍ਰਾਫ ਦਾ ਅਰਥ ਕਰਨਾ ਹੋਵੇ ਤਾਂ ਪਹਿਲੇ ਦੋ ਸ਼ਬਦ 'ਤੇ ਡੈਸ਼ ਪਾ ਕੇ ਆਖਰੀ ਸ਼ਬਦ ਲਿਖ ਦੇਈਦੇ। ਕਦੇ ਸਕੈਚ 'ਤੇ ਕਲਮ ਨਾਲ ਲਿਖ ਕੇ ਦੇਖਣਾ, ਇੱਕ ਓਅੰਕਾਰ ਸਤਿ, ਫਿਰ ਡੈਸ਼ 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 ਡੈਸ਼, ਫਿਰ ਗੁਰਪ੍ਰਸਾਦ, ਇੱਕ ਓਅੰਕਾਰ ਸਤਿ ਗੁਰਪ੍ਰਸਾਦ, ਹੌਲੀ ਹੌਲੀ ਇਕੱਠਾ ਹੋ ਜਾਏਗਾ ਅਤੇ ਸਾਡਾ ਜੋੜ ਬਣੇਗਾ, ਇੱਕ ਓਅੰਕਾਰ ਸਤਿ ਗੁਰਪ੍ਰਸਾਦ, ਜਿਸ ਨੂੰ ਅਸੀਂ ਅੰਤ ਪਾਠ ਕਰਦੇ ਹਾਂ, ਇੱਕ ਓਅੰਕਾਰ ਸਤਿ ਗੁਰਪ੍ਰਸਾਦ, ਅਤੇ ਅਰਥ ਬਣੇਗਾ ਇੱਕ ਓਅੰਕਾਰ ਸਤਿ, ਇੱਕ ਓਅੰਕਾਰ ਹੀ ਸਤਿ ਹੈ, ਅਤੇ ਇੱਕ ਓਅੰਕਾਰ ਜੋ ਸਤਿ ਹੈ ਉਹ ਮਿਲੇਗਾ ਕਿਵੇਂ, ਉਹ ਗੁਰਪ੍ਰਸਾਦ ਕਰਕੇ ਮਿਲੇਗਾ। ਜਿੰਨਾ ਚਿਰ ਗੁਰਪ੍ਰਸਾਦ ਨਹੀਂ ਵਰਤੇਗਾ ਉਹਨਾਂ ਚਿਰ ਸਤਿ ਨਹੀਂ ਪ੍ਰਾਪਤ ਹੋਵੇਗਾ। ਅਸੀਂ ਸਤਿ ਦਾ ਦਾਵਾ ਜਿਤਨਾ ਮਰਜ਼ੀ ਕਰਦੇ ਰਹੀਏ ਉਹਨਾਂ ਚਿਰ ਨਹੀਂ ਮਿਲੇਗਾ ਜਿਹਨਾਂ ਚਿਰ ਗੁਰਪ੍ਰਸਾਦ ਨਹੀਂ ਵਰਤੇ। ਪਤਾ ਸਤ ਕਿਉਂ ਨਹੀਂ ਵਰਤੇਗਾ? ਕਿਉਂਕਿ ਸਤ ਹੈ ਹੀ ਨਾਮ, ਗੁਰਪ੍ਰਸਾਦ ਵਰਤਦਾ ਹੈ ਤੇ ਨਾਮ ਮਿਲਦਾ, ਤੇ ਨਾਮ ਕੀ ਹੈ? ਨਾਮ ਸਤ ਹੈ, ਸਹੀ ਤੇ ਨਾਮ ਹੈ। ਅਸੀਂ ਪੜ੍ਹਦੇ ਹਾਂ ਇੱਕ ਓਅੰਕਾਰ, ਇੱਕ ਹੀ ਓਅੰਕਾਰ ਹੈ, ਜੋ ਇੱਕ ਹੈ ਉਹ ਓਅੰਕਾਰ ਹੈ, ਤੇ ਜੋ ਓਅੰਕਾਰ ਹੈ ਉਹੀ ਸਤ ਹੈ, ਤੇ ਜੋ ਸਤ ਹੈ ਉਹੀ ਨਾਮ ਹੈ। ਦੁੱਧ ਜੋ ਨਾਮ ਹੈ ਉਹ ਮਿਲਦਾ ਗੁਰ ਕਿਰਪਾ ਸਕੈ, ਬਿਨ ਕਿਰਪਾ ਨਾਮ ਨਾ ਪਾਵੇ ਕੋਈ। ਗੁਰ ਕਿਰਪਾ ਸਦਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇੱਕ ਓਅੰਕਾਰ ਸਤ ਗੁਰਪ੍ਰਸਾਦ, ਰਵਿਦਾਸ ਸਾਹਿਬ ਜੀ ਕਾ ਬਚਨ ਹੈ, ਘਰ ਦੂਜਾ। ਅਸੀਂ ਆਮ ਤੌਰ 'ਤੇ ਘਰ ਨੂੰ ਰਾਗ ਨਾਲ ਜੋੜਿਆ, ਤਾਲ ਦੇ ਨਾਲ ਜੋੜਿਆ, ਪ੍ਰਾਚੀਨ ਸੰਗੀਤ ਵਾਲੇ ਮੰਨਦੇ ਨੇ, ਪਰ ਅਜੇ ਤੱਕ ਅਸੀਂ ਘਰ ਦੇ ਮਾਤਰਾਵਾਂ ਨੂੰ ਸਥਿਰਤਾ ਦੇ ਨਾਲ ਪਲੇਨ ਨਹੀਂ ਕਰ ਪਾਏ। ਪਰ ਜਦੋਂ ਅਸੀਂ ਇੱਥੇ ਬੈਠਦੇ ਹਾਂ, ਅਸੀਂ ਹੁਣ ਤਾਂ ਗਾਉਣਾ ਨਹੀਂ ਹੈ ਨਾ, ਅਸੀਂ ਰਾਗ ਤਾਲ ਵਿੱਚ ਨਹੀਂ ਹਾਂ ਨਾ, ਅਸੀਂ ਲੈ ਵਿੱਚ ਨਹੀਂ ਹਾਂ ਨਾ, ਅਸੀਂ ਤਾਂ ਵਿਚਾਰ ਵਿੱਚ ਹਾਂ। ਰਾਗ ਤਾਲ ਦੇ ਆਪਣੇ ਮੰਡਲ ਨੇ, ਪਰ ਸਾਡੇ ਆਪਣੇ ਪੱਖ ਨੇ, ਫਿਰ ਸਾਡੇ ਵਾਸਤੇ ਘਰ ਦਾ ਅਰਥ ਕੀ ਮਤਲਬ ਹੋਵੇਗਾ? ਕਿਉਂਕਿ ਹਰ ਚੀਜ਼ ਦਾ ਜੋ ਅਰਥ ਹੈ ਉਹ ਅਵਸਥਾ ਦੇ ਮੁਤਾਬਕ ਪ੍ਰਾਪਤ ਹੁੰਦਾ, ਗ੍ਰਹਿਣ ਮੁਤਾਬਕ ਪ੍ਰਾਪਤ ਹੁੰਦਾ। ਸਾਹਮਣੇ ਵਾਲੇ ਜੋ ਗ੍ਰਹਿਣ ਕਰਨਾ ਚਾਹੁੰਦਾ ਉਹਦੇ ਵਾਸਤੇ ਅਰਥ ਨੇ ਆਉਣਾ ਹੁੰਦਾ, ਕਿਉਂਕਿ ਅਰਥ ਪ੍ਰਗਟ ਹੁੰਦੇ ਨੇ, ਗੁਰੂ ਪ੍ਰਗਟ ਹੁੰਦੇ ਨੇ। ਅਸੀਂ ਵੀ ਹੁਣੇ ਅਕਾਲ ਪੁਰਸ਼ ਤਾਂ ਗਾਉਂਦੇ ਹਟੇ ਹੋ ਨਾ, ਸਤਿਗੁਰੂ ਨਾਨਕ ਪ੍ਰਗਟਿਆ, ਕਿੱਥੇ ਪ੍ਰਗਟਿਆ?
ਸਤਿਗੁਰ ਨਾਨਕ ਕਿੱਥੇ ਪ੍ਰਗਟਿਆ? ਅੱਜ ਅੱਜ ਵੀ ਪ੍ਰਗਟ ਹੋਏਗਾ। ਜਿਸ ਹਿਰਦੇ ਦੇ ਵਿੱਚ ਸਤ ਹੋਏਗਾ ਉਸ ਹਿਰਦੇ 'ਚ ਅੱਜ ਵੀ ਗੁਰੂ ਪ੍ਰਗਟ ਹੋਏਗਾ। ਜਿੱਥੇ ਵੀ ਕਿਤੇ ਸਤ ਹੋਏਗਾ ਉੱਥੇ ਗੁਰੂ ਪ੍ਰਗਟ ਹੋਏਗਾ। ਇਸੇ ਕਰਕੇ ਸ਼ਬਦ ਜੋੜ ਸਾਡੇ ਕੋਲ ਸਤਿਗੁਰ, ਜਿੱਥੇ ਵੀ ਸਤ ਹੋਏਗਾ ਉੱਥੇ ਹੀ ਗੁਰੂ ਪ੍ਰਗਟ ਹੋਏਗਾ, ਜਿੱਥੇ ਸਤ ਨਹੀਂ ਹੋਏਗਾ ਉੱਥੇ ਗੁਰੂ ਵੀ ਨਹੀਂ ਹੋਏਗਾ। ਇਹ ਗੱਲ ਪੱਕੀਆਂ ਲਕੀਰਾਂ ਨੇ, ਜਿੱਥੇ ਸਤ ਨਹੀਂ ਹੈ ਉੱਥੇ ਗੁਰੂ ਨਹੀਂ ਹੈ। ਉੱਥੇ ਕੁਛ ਹੋਰ ਹੋ ਸਕਦਾ ਉਹਦੀ ਆਪਾਂ ਗੱਲ ਨਹੀਂ ਕਰਦੇ, ਕਿਉਂਕਿ ਇੱਥੇ ਅਸੀਂ ਉਸਦੀ ਗੱਲ ਕਰਨ ਲਈ ਨਹੀਂ ਆ। ਇੱਥੇ ਸਿਰਫ ਆਪਣੇ ਅੰਦਰ ਸੱਤ ਦੀ ਗੱਲ ਕਰਨ ਲਈ ਆਏ ਹਾਂ, ਗੁਰੂ ਨੂੰ ਆਪਣੇ ਅੰਦਰ ਪ੍ਰਗਟ ਕਰਨ ਲਈ ਆਏ ਹਾਂ। ਅਤੇ ਗੁਰੂ ਕਦੋਂ ਪ੍ਰਗਟ ਹੋਏਗਾ? ਜਦ ਮੈਂ ਜੋ ਕੂੜ ਸਰੂਪ ਹਾਂ ਉਹ ਮਰ ਜਾਵਾਂਗਾ, ਮਿਟ ਜਾਵਾਂਗਾ। ਇਸੇ ਕਰਕੇ ਗੁਰਮਤ ਬਾਣੀ ਵਿੱਚ ਪੜ੍ਹਨ ਵਾਲੇ ਨੂੰ ਪਤਾ ਹੈ ਸ਼ਬਦਾਂ ਦੇ ਕੋਈ ਜੋੜ ਸਾਨੂੰ ਪਾਤਸ਼ਾਹ ਜੀ ਨੇ ਜੋੜ ਕੇ ਦਿੱਤੇ ਨੇ। ਝੂਠ ਦੇ ਨਾਲ ਸੱਚ ਹੁੰਦਾ ਅਤੇ ਕੂੜ ਦੇ ਨਾਲ ਸੱਤ ਹੁੰਦਾ, ਅਤੇ ਕੂੜ ਕੀ ਹੈ? ਮੈਂ ਹੋ ਸਕਦਾ ਮੈਨੂੰ ਕੋਈ ਪੁੱਤਰ ਕਹਿੰਦਾ ਹੋਵੇ, ਹੋ ਸਕਦਾ ਮੈਨੂੰ ਕੋਈ ਪਿਤਾ ਕਹਿੰਦਾ ਹੋਵੇ, ਹੋ ਸਕਦਾ ਮੈਨੂੰ ਕੋਈ ਭਰਾ ਕਹਿੰਦਾ ਹੋਵੇ, ਹੋ ਸਕਦਾ ਮੈਨੂੰ ਕੋਈ ਪਤੀ ਪਤਨੀ ਰਿਸ਼ਤੇ ਹੋਣ, ਇਹ ਮੈਂ ਕੂੜ ਹਾਂ। ਪਤਾ ਕਿਉਂ? ਕੂੜ ਮੀਆਂ, ਕੂੜ ਬੀਬੀ, ਇਹ ਸਭ ਖੱਪ ਹੋਏ ਖਾਰ। ਕਿੰਨਾ ਚਿਰ ਜੇ ਅੰਦਰ ਮੈਂ ਹੈ ਤੇ ਸਭ ਕੂੜ ਹਾਂ, ਤੇ ਜਦੋਂ ਇਹ ਮਿਟ ਗਿਆ ਕਿ ਮੈਂ ਕੀ ਹਾਂ, ਉਹ ਤਾਂ ਫਿਰ ਤੂੰ ਆ ਜਾਏਗਾ। ਅੱਜ ਇਹੀ ਤੇ ਕਲਾ ਹੈ ਗੁਰੂ ਤੇ ਸਾਡੇ ਅੰਦਰ ਆ ਜਾਏ, ਇੱਥੇ ਆ ਕੇ ਮਿਟ ਜਾਏ ਮੈਂ ਕੀ ਹਾਂ, ਮੈਂ ਕੁਛ ਵੀ ਨਹੀਂ ਹਾਂ। ਤੇ ਜਦੋਂ ਮੈਂ ਕੁਛ ਵੀ ਨਹੀਂ ਹਾਂ ਫਿਰ ਕੀ ਹੈ? ਅਬ ਤੂੰ ਹੀ, ਹੁਣ ਤੂੰ ਹੀ ਤੂੰ। ਜਿੱਥੇ ਤੂੰ ਕੌਣ ਹੈ? ਤੂੰ ਤੇ ਗੁਰੂ ਹੈ, ਹੁਣ ਤਾਂ ਗੁਰੂ ਹੈ, ਹੁਣ ਤਾਂ ਗੁਰੂ ਹੀ ਗੁਰੂ ਹੈ। ਇੱਥੋਂ ਤੱਕ ਪਹੁੰਚਣ ਵਾਸਤੇ ਸਾਨੂੰ ਦੂਸਰਾ ਪੜਾਅ ਚਾਹੀਦਾ ਹੈ। ਇਹ ਜੋ ਘਰ ਨੇ ਨਾ ਸਾਡੇ ਕੋਲ 17 ਪੜਾਵ ਨੇ ਵਿਚਾਰਕ ਮੰਡਲ ਦੇ, ਜਿਸ ਪੱਖ ਦੇ ਵਿਚਾਰਕ ਵਿਦਵਾਨੋਂ ਸਮਝ ਦੀ ਕੋਸ਼ਿਸ਼ ਕਰਨਾ, 17 ਘਰ ਨੇ ਸਾਡੇ ਕੋਲ, ਬਾਰ ਬਾਣੀ ਪੜ੍ਹਨ ਵਾਲਿਆਂ ਕੋਲ 17 ਸਟੈਪ ਨੇ ਵਿਚਾਰ ਮੰਡਲ ਦੇ। ਰਾਗੀਆਂ ਦੇ ਕੋਲ ਆਪਣੇ ਅਵਸਥਾ ਨੇ, ਮੈਂ ਉਹਦੀ ਟੀਕਾ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਸੰਗੀਤ ਦੇ ਬਾਰੇ ਕੁਛ ਨਹੀਂ ਪਤਾ, ਪਰ ਸਾਡੇ ਕੋਲ 17 ਪੜਾਵ ਨੇ, ਸਾਡੇ ਕੋਲ 17 ਘਰ ਨੇ। ਇਹ ਦੂਸਰਾ ਘਰ ਹੈ, ਦੂਸਰਾ ਪੜਾਵ ਹੈ। ਜਿਵੇਂ ਪੌੜੀਆਂ, ਏਤ ਰਾਹ ਪਤ ਪੌੜੀਆਂ, ਆਖਿਰ ਪੌੜੀਆਂ ਚੜ੍ਹ ਕੇ ਹੀ ਛੱਤ ਤੇ ਜਾਵਾਂਗੇ ਨਾ, ਇਹ 17 ਪੜਾਵ ਨੇ। ਸ਼ਾਇਦ ਅਭਿਆਸੀਆਂ ਨੂੰ ਪਤਾ ਹੋਵੇਗਾ ਸਰੀਰ ਦੇ ਬਾਹਰਲੇ 5 ਤੱਤ ਨੇ ਨਾ, ਇਹ ਸੂਖਮ ਸਰੀਰ ਵੀ ਵਿਦਵਾਨ 17 ਤੇ 18 ਤੱਤ ਮੰਨਦੇ ਨੇ। ਇਹ ਉਹ ਕੁਝ ਪੜਾਵ ਨੇ ਜੋ ਹੌਲੀ ਹੌਲੀ ਅਸੀਂ ਚੜ੍ਹਦੇ 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 ਜਿੱਥੇ ਚੜ੍ਹਦੇ ਪਹੁੰਚ ਕੇ ਅਸੀਂ ਕਹਿਣਾ ਅਬ ਤੋ ਜਾਏ ਚੜ੍ਹੇ ਸਿੰਘਾਸਨ। ਹੌਲੀ ਹੌਲੀ ਚੜ੍ਹਦੇ ਚੜ੍ਹਦੇ ਚੜ੍ਹ ਗਏ ਸਿੰਘਾਸਨ ਤੇ ਪਹੁੰਚ ਕੇ, ਅਬ ਤੋ ਮਿਲ ਹੈ ਸਾਰੰਗ ਪਾਣੀ, ਹੁਣ ਤੇ ਮਿਲੇਗਾ ਨਾ। ਪਰ ਇਹ ਸਾਰਾ ਕੁਛ ਜਿਸ ਨੂੰ ਅਸੀਂ ਮਿਲਣਾ ਚਾਹ ਰਹੇ ਹਾਂ, ਜਿਸ ਨੂੰ ਕਹਿ ਰਹੇ ਹਾਂ ਹੁਣ ਪ੍ਰਗਟ ਹੋਏਗਾ, ਵਿਚਾਰ ਖੇਤਰ ਬੜੇ ਕਿਆਰ ਨਾਲ ਕਹਿੰਦੇ, ਪਰ ਮਜ਼ਬੂਰੀ ਕੀ ਹੈ? ਮਜ਼ਬੂਰੀ ਇਹ ਹੈ ਕਿ ਜਿਗਿਆਸੂ ਦੇ ਰੂਪ 'ਚ ਸਾਡੀ ਬਿਨ ਦੇਖੇ ਉਪਜੇ ਨਹੀਂ ਆਸਾ, ਇਹ ਮਜ਼ਬੂਰੀ ਸਾਡੀ, ਕਿਉਂਕਿ ਅਸੀਂ ਇਤਨੇ ਧਿਆਨੀ ਨਹੀਂ ਹਾਂ ਜੋ ਸਭ ਕੁਛ ਮੰਨ ਲਈਏ, ਕਿਉਂਕਿ ਧਿਆਨੀ ਦੇਖਣ ਦਾ ਫਿਰ ਕੋਸ਼ਿਸ਼ ਹੀ ਨਹੀਂ ਕਰਦਾ। ਇਸੇ ਕਰਕੇ ਜਦੋਂ ਵੀ ਕਿਤੇ ਧਿਆਨ ਦੀ ਗੱਲ ਚੱਲਦੀ ਹੈ ਉਦੋਂ ਨੇਤਰ ਬੰਦ ਹੋ ਜਾਂਦੇ ਨੇ, ਤੇ ਜਦੋਂ ਵੀ ਗਿਆਨ ਦੀ ਗੱਲ ਚੱਲਦੀ ਹੈ ਉਦੋਂ ਨੇਤਰ ਖੁੱਲ ਜਾਂਦੇ ਨੇ। ਗੱਲ ਪ੍ਰਗਟ ਹੈ, ਜਦੋਂ ਵੀ ਧਿਆਨ ਦੀ ਗੱਲ ਚੱਲੇਗੀ ਨੇਤਰ ਬੰਦ ਹੋ ਜਾਣਗੇ, ਜਦੋਂ ਵੀ ਗਿਆਨ ਦੀ ਗੱਲ ਚੱਲੇਗੀ ਨੇਤਰ ਖੁੱਲ ਜਾਣਗੇ। ਹੁਣ ਚੂੰਕਿ ਨੇਤਰ ਖੁੱਲਦੇ ਨੇ ਤੇ ਕੁਛ ਦਿਸਦਾ ਹੈ, ਤੇ ਜੋ ਕੁਛ ਦਿਸਦਾ ਹੈ ਉਹ ਅਚਨਚੇਤ ਹੀ ਸਾਡੀ ਮਤ ਦੀ ਪਲੇਟ ਤੇ ਛੱਪ ਜਾਂਦਾ ਹੈ, ਕਿਉਂਕਿ ਜੋ ਕੁਝ ਵੀ ਅਸੀਂ ਦੇਖਦੇ ਹਾਂ ਉਹ ਸਾਡੇ ਗਿਆਨ ਖੇਤਰ 'ਚ ਪ੍ਰਵੇਸ਼ ਕਰ ਜਾਂਦਾ ਹੈ, ਫਿਰ ਉਸ ਦਾ ਧਿਆਨ ਧਰਿਆ ਜਾ ਸਕਦਾ ਹੈ। ਤੇ ਜੋ ਅੱਜ ਤੱਕ ਅਸਾਂ ਦੇਖਿਆ ਨਹੀਂ ਹੈ ਉਹਦੇ ਬਾਰੇ ਅਸੀਂ ਕੁਛ ਦੱਸ ਵੀ ਨਹੀਂ ਸਕਦੇ, ਉਹਦੇ ਬਾਰੇ ਧਿਆਨ ਧਰਨਾ ਵੀ ਔਖਾ ਹੈ। ਕਿੱਦਾਂ ਧਿਆਨ ਧਰੀਏ? ਸ਼ਾਇਦ ਇਸੇ ਕਰਕੇ ਆ ਅਸੀਂ ਤੁਸੀਂ ਬਾਣੀ ਪੜ੍ਹਨ ਵਾਲੇ ਜਿਹੜੇ ਇਸ ਪੱਖ ਦੇ ਖੜੇ ਹਾਂ, ਬੜਾ ਔਖਾ ਧਿਆਨ ਕਿੱਥੇ ਧਰੀਏ। ਠੀਕ ਹੈ, ਕੋਈ ਤੇ ਕਹਿੰਦਾ ਜੀ ਹਾਂ ਮੈਂ ਮੂਰਤ ਟਿਕਾ ਲਈ ਮਸਤਕ ਤੇ, ਕੋਈ ਤੇ ਕਹਿੰਦਾ ਮੈਂ ਦੀਵਾਰ ਤੇ ਮੂਰਤ ਲਗਾ ਲਈ। ਠੀਕ, ਬੜਾ ਸੌਖਾ ਉਹਦੇ ਵਾਸਤੇ ਹੋ ਸਕਦਾ, ਅਸੀਂ ਕੀ ਕਰੀਏ? ਸਾਨੂੰ ਤੇ ਮੂਰਤ ਹੈ ਹੀ ਕੋਈ ਨਹੀਂ, ਉਹ ਤੇ ਅਕਾਲ ਹੈ, ਸਮਾਂ ਮੂਰਤ ਹੀ ਨਹੀਂ।
ਇਸੇ ਕਰਕੇ ਸਾਡੇ ਤੇ ਧਿਆਨ ਦਾ ਉਹ ਕਨਸੈਪਟ ਹੀ ਸਾਥੋਂ ਕਲੀਅਰ ਨਹੀਂ ਹੋ ਪਾ ਰਿਹਾ। ਪਰ ਇਹ ਨਹੀਂ ਕਿ ਹੈ ਹੈ, ਪਰ ਸਾਥੋਂ ਕਲੀਅਰ ਨਹੀਂ ਹੋ ਪਾ ਰਿਹਾ ਕਿਉਂਕਿ ਸਾਡਾ ਗਿਆਨ ਬਹੁਤ ਟਾ, ਸਾਡਾ ਵਿਜ਼ਨ ਬਹੁਤ ਛੋਟਾ ਹੈ ਤੇ ਛੋਟੇ ਵਿਜ਼ਨ ਦੇ ਰਾਹੀਂ ਵਿਸਤਾਰ ਨੂੰ ਕਿਵੇਂ ਦੇਖ ਪਾਵਾਂਗੇ, ਔਖਾ ਹੈ। ਸਾਡੀ ਮਜਬੂਰੀ ਹੈ ਬਿਨ ਬਿਨ ਦੇਖੇ, ਬਿਨਾਂ ਦੇਖਿਆ ਉਪਜੈ ਨਹੀਂ ਆਸਾ, ਕਿਵੇਂ ਆਸ ਕਰ ਲਈ। ਅੱਜ ਇੱਥੇ ਬੈਠਿਆਂ ਨੂੰ ਕੋਈ ਬਜ਼ੁਰਗ ਮਿਲਦਾ, ਉਹ ਕਹਿੰਦਾ ਇੱਥੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬੜੀ ਬਰਕਤ ਵਰਤਦੀ ਹੈ, ਬੜੀ ਬਰਕਤ ਵਰਤਦੀ ਹੈ, ਇੱਥੇ ਇੱਥੇ ਰੋਗੀ ਠੀਕ ਹੁੰਦੇ ਨੇ, ਇੱਥੇ ਇੱਥੇ ਤਮਾਮ ਰੋਗੀ ਠੀਕ ਹੋਏ ਨੇ। ਅਤੇ ਮੇਰੇ ਵਰਗਾ ਕਹਿੰਦਾ ਹੈ, ਮੈਂ ਤਾਂ ਨਹੀਂ ਦੇਖਿਆ, ਮੈਨੂੰ ਕਿੱਦਾਂ ਪਤਾ ਲੱਗੇ। ਉਹ ਆਉਂਦਾ ਇੱਥੇ, ਦੇਖਦਾ ਸੰਗਮਰਮਰ ਲੱਗੀ ਹੋਈ ਹੈ, ਚਾਰ ਸਵੇਰੇ ਸੋਨਾ ਲੱਗਾ ਹੋਇਆ, ਗੁਰੂ ਹਰਕ੍ਰਿਸ਼ਨ ਦੀ ਬਰਕਤ ਲੱਭਦਾ ਫਿਰਦਾ ਹੈ, ਕਿ ਉਹਨੂੰ ਲੱਭਦਾ ਕੁਛ ਨਹੀਂ, ਕਿਉਂਕਿ ਉਹਨੇ ਸਿਰਫ ਸੁਣਿਆ ਹੈ, ਦੇਖਿਆ ਕੁਛ ਨਹੀਂ। ਅਤੇ ਜਦ ਤੱਕ ਦੇਖਿਆ ਕੁਛ ਨਹੀਂ, ਕਹਿੰਦਾ ਬਾਹਰ ਜਾ ਕੇ ਮੈਨੂੰ ਤਾਂ ਕੁਛ ਨਜ਼ਰ ਨਹੀਂ ਆਇਆ। ਮਨੁੱਖੀ ਸੁਭਾਅ ਦੀ ਪਹਿਲੀ ਮਜ਼ਬੂਰੀ ਹੈ, ਜਦ ਤੱਕ ਦੇਖਦਾ ਨਹੀਂ ਤਦ ਤੱਕ ਵਿਸ਼ਵਾਸ ਨਹੀਂ ਕਰਦਾ। ਬਿਨਾਂ ਦੇਖਿਆ ਤੋਂ ਕਿਤੋਂ ਆਸ ਕਰਕੇ ਸਾਨੂੰ, ਕਿਉਂਕਿ ਉੱਥੇ ਜਾ ਉੱਥੇ ਮਿਲੇਗਾ ਕੁਛ, ਜੇ ਮਿਲਦਾ ਹੀ ਦਿਸਦਾ ਹੀ ਨਹੀਂ ਤੇ ਮੰਗਾ ਖੇਤੋਂ। ਇਹ ਪਹਿਲੀ ਮਜ਼ਬੂਰੀ ਹੈ, ਬਿਨ ਦੇਖੇ ਉਪਜੈ ਉਪਜੈ ਨਹੀਂ ਆਸਾ। ਫਿਰ ਦੂਜੀ ਗੱਲ ਕੀ, ਜੋ ਦਿਸ ਹੈ ਜੋ ਦੇਖਦਾ ਹਾਂ, ਜੋ ਕੁਛ ਵੀ ਦਿਸ ਰਿਹਾ, ਕਿਉਂਕਿ ਗਿਆਨੀਆਂ ਨੇ ਗੱਲ ਹੋਰ ਸਮਝਾਈ ਹੈ, ਮੇਰੇ ਸਤਿਗੁਰੂ ਨੇ ਦੱਸ ਦਿੱਤੀ, ਜੋ ਦਿਸ ਹੈ ਸੋ ਸਕਲ ਬਿਨਾਸਾ। ਇਹ ਵੀ ਵੱਡੀ ਮਜ਼ਬੂਰੀ ਹੈ। ਪਹਿਲੀ ਗੱਲ, ਰੱਬ ਦਿਸਦਾ ਨਹੀਂ, ਜੋ ਦੇਖਿਆ ਨਹੀਂ ਤੇ ਵਿਸ਼ਵਾਸ ਨਹੀਂ ਬਣਦਾ, ਤੇ ਜੋ ਦਿਸਦਾ ਹੈ ਉਹ ਟਿਕਦਾ ਨਹੀਂ, ਜੋ ਕੁਛ ਵੀ ਦਿਸਦਾ ਹੈ ਉਹ ਮਿੱਥਿਆ ਹੁੰਦਾ ਹੈ। ਅਸੀਂ ਤੁਸੀਂ ਮਿੱਥਿਆ ਹਾਂ, ਪਤਾ ਕਿਉਂ ਮਿੱਥਿਆ ਹਾਂ, ਝੂਠ ਨਹੀਂ ਆ। ਹਾਲਾਂਕਿ ਕਿ ਵਿਆਕਰਨ ਵਾਲੇ ਟੀਕਾਕਾਰ ਵਾਲੇ ਮਿੱਥਿਆ ਤੇ ਝੂਠ ਦਾ ਇੱਕੋ ਹੀ ਅਰਥ ਕਰ ਦੇਣਗੇ, ਠੀਕ ਹੈ ਉਹਨਾਂ ਦਾ ਵਿਆਕਰਨਿਕ ਪੱਖ ਹੈ, ਪਰ ਅਸੀਂ ਝੂਠ ਤੇ ਨਹੀਂ ਨਾ ਬੈਠੇ ਹਾਂ, ਰਿਕਾਰਡ ਹੋ ਰਹੇ ਹਾਂ, ਸਦੀਆਂ ਤੱਕ ਇਸ ਤਸਵੀਰ ਨੂੰ ਸਾਂਭਿਆ ਜਾ ਸਕਦਾ ਹੈ। ਸੱਚ ਵੀ ਹਾਂ, ਛੂ ਕੇ ਦੇਖ ਸਕਦੇ ਹਾਂ, ਸੱਚ ਹਾਂ ਪਰ ਮਿੱਥੇ ਇਸ ਕਰਕੇ ਹਾਂ, ਹਾਂ ਪਰ ਹੋਵਾਂਗੇ ਨਹੀਂ, ਹੈਗੇ ਤੇ ਹਾਂ ਪਰ ਹੋਵਾਂਗੇ ਨਹੀਂ। ਇਹ ਦਾਵਾ ਨਹੀਂ ਹੈ ਕਿ ਅਗਲੇ ਪਲ ਅਸੀਂ ਫਿਰ ਇੱਥੇ ਬੈਠੇ ਹੋਵਾਂਗੇ, ਦਾਵਾ ਨਹੀਂ ਹੈ, ਕੱਲ ਹੋਵਾਂਗੇ ਦਾਵਾ ਨਹੀਂ, ਇਹ ਮਿੱਥਿਆ ਹੈ। ਇਸੇ ਕਰਕੇ ਜਗਤ ਮਿੱਥਿਆ, ਕਿਉਂਕਿ ਮਜਬੂਰੀ ਹੈ ਕਿ ਜੋ ਦਿਸ, ਜੋ ਕੁਛ ਵੀ ਦਿਸ ਰਿਹਾ ਸੋ ਹੋਏ ਬਿਨਾਸ਼ਾ, ਉਹ ਵਿਨਾਸ਼ ਹੋ ਰਿਹਾ। ਇਹ ਕੁਦਰਤ ਦਾ ਅਟਲ ਸਿਧਾਂਤ ਹੈ, ਜੋ ਉਪਜਿਓ ਸੋ ਬਿਨਸ ਹੈ। ਇਹ ਕੁਦਰਤ ਦਾ ਅਟਲ ਸਿਧਾਂਤ ਹੈ, ਉਹ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਗਿਆਨ ਹੈ। ਸਾਡੀ ਮਜਬੂਰੀ ਹੈ ਜਗਿਆਸੂ ਦੀ, ਬਿਨਾਂ ਦੇਖਿਆਂ ਤੋਂ ਮੈਨੂੰ ਵਿਸ਼ਵਾਸ ਨਹੀਂ ਆਉਂਦਾ, ਤੇ ਜੋ ਕੁਛ ਵੀ ਮੈਂ ਦੇਖਦਾ ਹਾਂ ਉਹ ਤੇ ਵਿਨਾਸ਼ ਹੋ ਜਾਂਦਾ ਹੈ। ਆ ਸਭ ਕੁਛ ਸਮੇਂ ਦੇ ਨਾਲ ਬਦਲ ਜਾਂਦਾ ਹੈ ਨਾ, ਬਦਲ ਗਿਆ ਨਾ। ਆ ਜਿਹੜੇ 80-90 ਸਾਲ ਦੀ ਉਮਰ ਦੇ ਬਜ਼ੁਰਗ ਇੱਥੇ ਨੇਤਾ ਪ੍ਰਤੀ ਆਉਂਦੇ ਨੇ, ਉਹਨਾਂ ਨੂੰ ਪਤਾ ਹੋਵੇਗਾ ਅੱਜ ਤੋਂ 80 ਸਾਲ ਪਹਿਲਾਂ ਦਾ ਦਰਸ਼ਨ ਕੁਛ ਹੋਰ ਸੀ, ਅੱਜ ਕੋਈ ਦਰਸ਼ਨ ਹੋਰ ਹੈ, ਬਦਲ ਗਿਆ ਹੈ, ਸਭ ਕੁਛ ਬਦਲ ਗਿਆ। ਅੱਜ ਵਹਿੰਦਿਆਂ ਵਹਿੰਦਿਆਂ ਸਭ ਕੁਛ ਬਦਲ ਗਿਆ, ਕਿਉਂਕਿ ਕੁਦਰਤ ਵਿੱਚ ਅਗਰ ਜੋ ਸਦੀਵੀ ਕੁਛ ਹੈ ਤੇ ਉਹ ਬਦਲਾਵ ਹੈ, ਚੇਂਜ ਹੈ, ਸਦਾ ਹੀ ਬਦਲਦਾ ਰਹਿਣਾ ਸਦਾ ਹੀ। ਆ ਸਿਆਣੇ ਤੇ ਇਸ ਪੱਖ ਦੇ ਜੋ ਗਿਆਨੀ ਵਿਦਵਾਨ ਮੰਨਦੇ ਨੇ, ਅਸੀਂ ਤੇ ਹਰ ਪਲ ਬਦਲਦੇ ਹਾਂ। ਇੱਧਰੋਂ ਨਿਗਾਹ ਦੇਖੀ, ਜਦ ਤੱਕ ਪਲਕ ਝਪਕ ਇੱਧਰ ਦੇਖਿਆ, ਮੁੜ ਇੱਧਰ ਦੇਖਿਆ ਤੇ ਬਦਲ ਚੁੱਕਾ ਹੈ, ਸਾਨੂੰ ਨਹੀਂ ਪਕੜ 'ਚ ਆਇਆ ਕਿ ਬਦਲਿਆ ਪਰ ਬਦਲ ਚੁੱਕਾ ਹੈ। ਆ ਸਾਹਮਣੇ ਵਾਲਾ ਬਦਲ ਚੁੱਕਾ ਹੈ, ਕਿਉਂਕਿ ਇੱਕ ਸਾਹ ਬਦਲ ਚੁੱਕਾ ਹੈ, ਉਹ ਸਾਹ 'ਚ ਜੀਵਨ ਵਾਲਾ ਮਨੁੱਖ ਬਦਲ ਚੁੱਕਾ ਹੈ। ਹੁਣ ਤੇ ਦੀਵਾ ਕਿਸੇ ਦਾ ਬੁੱਝ ਵੀ ਸਕਦਾ। ਆ ਹੁੰਦਾ ਨਾ ਕਈ ਵਾਰ, ਅਸੀਂ ਦੇਖਿਆ, ਅਸੀਂ ਕਹਿੰਦੇ ਹਾਂ ਜੀ ਮੈਂ ਦੇਖ ਕੇ ਆਇਆ ਦੀਵਾ ਜਗਦਾ, ਦੂਜਾ ਕਹਿੰਦਾ ਨਹੀਂ ਜੀ ਬੁੱਝ ਕੀ ਹੈ। ਅਸੀਂ ਕਹਿੰਦੇ ਆ ਹੁਣੇ 2 ਮਿੰਟ ਪਹਿਲਾਂ ਮੇਰੀ ਫੋਨ ਤੇ ਗੱਲ ਹੋਈ ਹੈ, ਅਗਲੀ ਕਾਲ ਆਉਂਦੀ ਉਹ ਜੀ ਛੱਡ ਗਿਆ, ਗਿਆ ਦੁਨੀਆ ਐਕਸਪਾਇਰ ਹੋ ਗਈ ਹੈ। ਫਿਊ ਸਕਿੰਟਾਂ ਦੇ ਵਿੱਚੋਂ ਖਬਰ ਬਦਲ ਜਾਂਦੀ ਹੈ, ਇਹ ਮਿੱਥਿਆ ਹੈ, ਇਹ ਵਿਨਾਸ਼ ਹੋ ਜਾਂਦਾ। ਮਜਬੂਰੀ ਇਹ ਹੈ, ਜੋ ਦੀਸ ਸੋ ਹੋਏ ਬਿਨਾਸ਼ਾ। ਫਿਰ ਕੀ ਕਰੀਏ, ਵਰਨ ਸਹਿਤ ਜੋ ਜਾਪੈ ਨਾਮ। ਫਿਰ ਬਾਬਾ ਜੀ ਕਹਿੰਦੇ ਵੀ ਕੰਮ ਕਰੀਏ। ਵਰਨ ਇੱਥੇ ਵਰਣਨ ਹੈ, ਅਖਰੀ ਅਰਥ ਕਰੀ ਵਰਣਨ ਹੈ। ਵਰਨ ਸਹਿਤ ਜੋ ਜਾਪੈ ਨਾਮ,
ਜੋ ਵਰਣਨ ਕਰ ਕਰਦੇ ਨੇ। ਹੁਣ ਨਾਮ ਜਪੀ ਸਾਰੇ ਕਹਿੰਦੇ ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਦੇ ਬਾਰੇ ਅਲੱਗ ਅਲੱਗ ਵਿਆਖਿਆਵਾਂ ਹੋਣਗੀਆਂ, ਅਲੱਗ ਅਲੱਗ ਆਖਿਆਵਾਂ ਕੀਤੀਆਂ ਜਾਂਦੀਆਂ ਹੋਣਗੀਆਂ, ਅਲੱਗ ਅਲੱਗ ਜਪ ਦੇ ਢੰਗ ਦਿੱਤੇ ਜਾਂਦੇ ਹੋਣਗੇ ਹੋਣਗੇ ਬੇਅੰਤ ਢੰਗ, ਜਿੰਨੇ ਮਨੁੱਖ ਨੇ ਉਨੇ ਢੰਗ ਨੇ। ਕਿ ਠੀਕ ਹੈ, ਦੋ ਚਾਰ ਦਸ ਬੰਦੇ ਕਿਤੇ ਬਹਿ ਕੇ ਆਪਣੇ ਢੰਗ ਨਾਲ ਕੁਛ ਕਰਦੇ ਨੇ, ਦੋ ਚਾਰ ਦਸ ਕਿਤੇ ਬਹਿ ਕੇ ਆਪਣੇ ਢੰਗ ਨਾਲ ਕੁਛ ਕਰਦੇ ਨੇ, ਪਰ ਸੱਚ ਚਰਣਾ ਨਾਮ ਇਹਦਾ ਨਹੀਂ। ਉੱਦਾਂ ਵੀ ਮਿਲਦਾ ਹੈ ਪਰ ਨਾਮ ਹੈ, ਨਾਮ ਨੇ ਤੇ ਪ੍ਰਗਟ ਹੋਣਾ, ਨਾਮ ਨੇ ਤੇ ਆਉਣਾ ਹੈ। ਜਿਵੇਂ ਆ ਸਾਰੇ ਪਸਾਰੇ ਦੇ ਵਿੱਚ ਪੁੱਛੇ ਜੇ ਕੀ ਹੈ, ਆ ਘੜੀ ਕਿਹਦੇ ਨਾਲ ਚੱਲਦੀ ਹੈ, ਲਾਈਟ ਕਿਹਦੇ ਨਾਲ ਜਗਦੀ ਹੈ, ਇਹ ਕੈਮਰੇ ਕਿਹਦੇ ਨਾਲ ਚੱਲਦੇ ਨੇ, ਤੇ ਗਿਆਨੀ ਕਹਿ ਦੇਗਾ ਬਿਜਲੀ ਦੇ ਨਾਲ। ਅਸੀਂ ਤੇ ਚਮਕ ਦੀ ਲਾਈਟ ਦੇਖਦੇ ਹਾਂ, ਆ ਕੈਮਰਿਆਂ ਦਾ ਸੁੰਦਰ ਜੋ ਬਣਿਆ ਹੋਇਆ ਸਟਰਕਚਰ ਦੇਖਦੇ ਹਾਂ, ਸਭ ਕੁਛ ਹੈ, ਪਰ ਜੇ ਕਿਸੇ ਇੰਜੀਨੀਅਰ ਨੂੰ ਪੁੱਛੀਏ ਉਹ ਕਹੇਗਾ ਬਿਜਲੀ ਖਰਚ, ਇਹ ਬਿਜਲੀ ਦੇ ਸਦਕੇ ਹੈ। ਜੇ ਸਾਰਾ ਕੁਛ ਬਿਜਲੀ ਦੇ ਸਦਕੇ ਹੈ ਤੇ ਸਮਝ ਲੈਣਾ ਕੋਈ ਗਾਉਂਦਾ ਹੈ, ਕੋਈ ਬੋਲਦਾ ਹੈ, ਕੋਈ ਰੋਂਦਾ ਹੈ, ਕੋਈ ਹੱਸਦਾ ਹੈ, ਕੋਈ ਆਉਂਦਾ ਹੈ, ਕੋਈ ਜਾਂਦਾ ਹੈ, ਇਹ ਸਾਰੇ ਨਾਮ ਦੇ ਸਦਕੇ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਜਿਤਨੇ ਜੰਤ ਨੇ, ਜਿੱਥੇ ਵੀ ਜੀਵਿਤ ਹਰਕਤ ਹੈ ਉੱਥੇ ਨਾਮ ਕਲਾ ਹੈ। ਉਹਨੂੰ ਅਸੀਂ ਐਕਟੀਵੇਟ ਕਰਨਾ ਹੈ, ਉੱਥੇ ਤੱਕ ਪਹੁੰਚਣਾ ਹੈ, ਉਹਦੀ ਜੁਗਤ ਹੈ ਅਸੀਂ ਜਪ ਜਪ ਕੇ, ਬੋਲ ਬੋਲ ਕੇ, ਸੁਣ ਸੁਣ ਕੇ। ਉਹ ਵਿਧਾ ਅਲੱਗ ਅਲੱਗ ਹੋਣਗੇ, ਉਹ ਅਲੱਗ ਅਲੱਗ ਉਹ ਅਭਿਆਸ ਤੇ ਵਿਧਾ ਹੁੰਦੇ ਨੇ। ਕੋਈ ਜਪਦਾ ਹੈ, ਕੋਈ ਸੁਣਦਾ ਹੈ, ਧਿਆਨ ਤਰਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਅਧਿਐਨ ਕਰਦਾ ਹੈ, ਕੋਈ ਕੀਰਤਨ ਕਰਦਾ ਹੈ। ਇਹ ਸਾਰੀਆਂ ਵਿਧਾ ਨਾਮ ਦੀ ਪ੍ਰਾਪਤੀ ਦੀਆਂ ਵਿਧਾ ਨੇ। ਜਿਵੇਂ ਕੋਈ ਪੱਤਲ 'ਚ ਪਾ ਕੇ ਖਾਂਦਾ, ਕੋਈ ਸੁੰਨ ਥਲ 'ਚ ਪਾ ਕੇ ਖਾਂਦਾ, ਕੋਈ ਟੇਬਲੇਟ ਖਾ ਲੈਂਦਾ, ਕੋਈ ਥਾਲ ਭਰ ਕੇ ਖਾ ਲੈਂਦਾ, ਪਰ ਮਕਸਦ ਕੀ ਹੈ? ਭੁੱਖ ਮਿਟਾਉਣਾ। ਮਕਸਦ ਸਭ ਦਾ ਇੱਕੋ ਹੀ ਹੈ, ਇਸ ਸਰੀਰ ਨੂੰ ਆਹਾਰ ਦੇਣਾ। ਮੰਨ ਲਿਆ ਜਾਏ ਕਿ ਇੱਕ ਸਧਾਰਨ ਜਿਹਾ ਵਿਅਕਤੀ ਹੈ, ਉਹਨੇ ਥਾਲ ਭਰੇ ਆ ਖਾਣ ਵਾਸਤੇ, ਪੰਜ ਸੱਤ ਰੋਟੀਆਂ ਰੱਖੀਆਂ ਨੇ, ਉਹਨੇ ਦਾਲ ਸਬਜ਼ੀ ਤਮਾਮ ਪਦਾਰਥਾਂ ਦੇ ਨਾਲ ਇੱਕ ਥਾਲ ਭਰਿਆ ਹੋਇਆ, ਅਤੇ ਜੋ ਸਪੇਸ ਵਿੱਚ ਇੱਕ ਵਿਗਿਆਨੀ ਕਈ ਮਹੀਨੇ ਧਰਤੀ ਤੋਂ ਕਈ ਮੀਲ ਦੂਰ ਆਕਾਸ਼ ਵਿੱਚ ਰਹਿੰਦੇ, ਕਿ ਉਹ ਵੀ ਉਸੇ ਤਰ੍ਹਾਂ ਥਾਲ ਭਰ ਕੇ ਰੋਟੀਆਂ ਖਾਂਦਾ ਹੋਵੇਗਾ? ਅਤੇ ਗਿਆਨੀਆਂ ਵਿਗਿਆਨ ਜਵਾਬ ਨਹੀਂ, ਉਹ ਤਾਂ ਉਸ ਤਰ੍ਹਾਂ ਨਹੀਂ, ਸਪੇਸ 'ਚ ਸ਼ਟਲ 'ਚ ਜਾਂਦੇ ਨੇ, ਸਪੇਸ ਯਾਤਰਾਵਾਂ ਕਰਦੇ ਨੇ, ਉਸ ਤਰ੍ਹਾਂ ਤਾਂ ਨਹੀਂ ਖਾਂਦੇ ਹੋਣਗੇ ਨਾ ਕਿ ਥਾਲ ਭਰ ਲਿਆ, ਦਾਲ ਚੌਲ ਫੁਲਕੇ ਪ੍ਰਸ਼ਾਦ ਦੇ ਢੇਰ ਲਾ ਲਿਆ, ਨਹੀਂ। ਪਰ ਸਰੀਰ ਦੀ ਜ਼ਰੂਰਤ ਉਹ ਵੀ ਪੂਰੀ ਕਰਦੇ ਨੇ, ਭੁੱਖ ਉਹ ਵੀ ਮਿਟਾਉਂਦੇ ਨੇ, ਬਸ ਉਹਨਾਂ ਦਾ ਢੰਗ ਅਲੱਗ ਹੈ। ਹੋ ਸਕਦਾ ਹੈ ਉਹਨਾਂ ਨੂੰ ਕੋਈ ਕੈਪਸੂਲ ਮਿਲਿਆ ਆਵੇ ਵੀ ਤੂੰ ਇਹ ਕੈਪਸੂਲ ਖਾ ਲੈਣਾ ਸਾਰੇ ਦਿਨ ਦੀ, 8 ਘੰਟੇ ਜੋ ਲੋੜੀਂਦੀਆਂ ਵਸਤੂਆਂ ਨੇ ਤੇਰੇ ਸਰੀਰ ਨੂੰ ਮਿਲ ਜਾਣਗੀਆਂ, ਬਸ ਇੰਨਾ ਕੁ ਪਾਣੀ ਪੀ ਲੈ, ਇਹ ਕੈਪਸੂਲ ਖਾ ਲੈ, ਤੇਰੇ 8 ਘੰਟੇ ਦੀ ਜ਼ਰੂਰਤ ਖਤਮ, ਫਿਰ ਇਹ ਕੈਪਸੂਲ ਖਾ ਲਈ। ਸਾਨੂੰ 3 ਵਾਰ ਥਾਲ ਭਰ ਭਰ ਕੇ ਖਾਣਾ ਪੈ ਰਿਹਾ, ਉਹ ਸ਼ਾਇਦ ਦਿਹਾੜੀ ਦੇ 3 ਕੈਪਸੂਲ ਖਾ ਕੇ ਕੰਮ ਇੱਕੋ ਹੀ ਕਰਦੇ ਰਹੇ ਪਏ ਆ। ਯਾਦ ਰੱਖਣਾ, ਇੱਕ ਬੈਠ ਕੇ ਬਹੁਤ ਵੱਡਾ ਅਨੁਸ਼ਠਾਨ ਕਰਦਾ ਪਿਆ, ਘੰਟੇ ਬੱਧੀ ਦੇ ਜਾਪ ਕਰਦਾ ਪਿਆ, ਤੇ ਦੂਸਰਾ ਪ੍ਰੇਮ ਦੇ ਨਾਲ ਇੱਕ ਵਾਰ ਸ਼੍ਰੀ ਵਾਹਿਗੁਰੂ ਕਹਿ ਲੈਂਦਾ ਹੈ, ਕੰਮ ਦੋਨੋਂ ਇੱਕੋ ਕਰਦੇ ਨੇ, ਕੰਮ ਦੋਨੋਂ ਇੱਕੋ ਕਰਦੇ ਨੇ, ਦੋਨਾਂ ਦੀ ਅਵਸਥਾ ਅਲੱਗ ਅਲੱਗ ਹੈ, ਦੋਨਾਂ ਦੀ ਗਹਿਰਾਈ ਅਲੱਗ ਅਲੱਗ ਹੈ, ਪ੍ਰਾਪਤੀ ਦੋਨਾਂ ਦੀ ਇੱਕੋ ਜੀ ਹੈ, ਦੋਨਾਂ ਦਾ ਮਕਸਦ ਆਤਮਾ ਦੀ ਭੁੱਖ ਮਿਟਾਉਣਾ ਹੈ, ਦੋਨਾਂ ਦਾ ਮਕਸਦ ਨਾਮ ਦੀ ਪ੍ਰਾਪਤੀ ਹੈ। ਅਤੇ ਫਿਰ ਕੀ ਕਰੀਏ, ਵਰਣ ਸਹਿਤ ਬਾਕੀ ਅਸੀਂ ਤੁਸੀਂ ਸਧਾਰਨ ਵਰਣਨ ਕਰੀਏ। ਵਰਣਨ ਦਾ ਮਤਲਬ ਆਪਣੇ ਗੁਰੂ ਦੇ ਦੁਆਰਾ ਦੱਸੇ ਹੋਏ ਜੁਗਤ ਨਾ ਆਪਣੇ ਇਸ਼ਟ ਦਾ ਗੁਣਾਂ ਦਾ ਅਨੁਵਾਦ ਕਰਨਾ। ਸੰਪੂਰਨ ਗੁਰਬਾਣੀ ਕੀ ਹੈ? ਗੁਣਾਨੁਵਾਦ ਬਹੁਤ ਵੱਡਾ ਹੈ। ਇਹ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੇ ਹੋ। ਤੂੰ ਸਮਰੱਥ ਵਡਾ ਮੇਰੀ ਮਤ ਥੋਰੀ ਰਾਮ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ। ਗੁਣਾਨੁਵਾਦ ਹੈ, ਜਿਤਨੇ ਗਾ ਸਕਦੇ ਹੋ, ਜਿਤਨੇ ਕਰ ਸਕਦੇ ਹੋ, ਅੰਤ ਹੈ। ਔਰ ਹੋ ਸਕਦਾ ਕੋਈ ਗਿਆਨੀ, ਹੋ ਸਕਦਾ ਕੋਈ ਧਿਆਨੀ ਚੁੱਪ ਚਾਪ ਆਏ, ਦੋ ਪਲ ਅੱਖਾਂ ਮੀਟੇ, ਅਰਦਾਸ ਕਰੇ, ਸ਼ਾਇਦ ਅੱਖਾਂ ਵੀ ਨਾ ਮੀਟੇ, ਉਹ ਵੀ ਕਰ ਸਕਦਾ। ਉਹ ਅਵਸਥਾਵਾਂ ਅਲੱਗ ਅਲੱਗ ਨੇ, ਪਰ ਅਸੀਂ ਸਧਾਰਨ ਅਵਸਥਾ ਦੀ ਗੱਲ ਅੱਜ ਪਾਤਸ਼ਾਹ ਦੱਸਦੇ ਨੇ। ਜਿਹੜਾ ਇਸ ਤਰ੍ਹਾਂ ਵਿਆਖਿਆਨ ਕਰਦਾ ਹੈ, ਆਪਣੇ ਗੁਰੂ ਦੇ ਵਰਣਨ ਕਰਦਾ ਹੈ, ਉਸਤਤਕ ਜਿਹਨੂੰ ਅਸੀਂ ਉਸਤਤ ਕਹਿੰਦੇ ਹਾਂ, ਉਸਤਤ ਕਰਦਾ ਹੈ, ਉਹਨੂੰ ਕੀ ਕਹਾਂਗੇ? ਜਿਹੜਾ ਆਪਣੇ ਗੁਰੂ ਦੀ ਇਸ ਤਰ੍ਹਾਂ ਪਿਆਰ ਨੂੰ ਉਸਤਤ ਕਰਦਾ ਹੈ, ਵਰਣਨ ਕਰਦਾ ਹੈ, ਕਹਿੰਦਾ ਮੇਰਾ ਗੁਰੂ ਬੜਾ ਵੱਡਾ ਹੈ। ਜਿਹੜੇ ਅਸੀਂ ਸਾਰੇ ਕਹਿੰਦੇ ਨਾ ਸਭ ਤੋਂ ਵੱਡਾ ਸਤਿਗੁਰ, ਆਪਾਂ ਕਹਿੰਦੇ ਨਾ, ਭਾਵੇਂ ਆਪਾਂ ਵਿਸ਼ਰਾਮ ਤੇ ਅਟਕ ਜਾਂਦੇ ਤੇ ਉਲਝ ਜਾਂਦੇ ਹਾਂ, ਪਰ ਬਹੁ ਗਿਣਤੀ ਧੁਨ ਇਹ ਨਿਕਲਦੀ ਹੈ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਜੋਗੀ ਤੇ ਸਿੱਧ ਵੀ ਕਹਿੰਦੇ ਨਾ, ਸਿੱਧ ਬੋਲਣ ਸੁਬਚਨ,
ਧੰਨ ਨਾਨਕ ਤੇਰੀ ਵੱਡੀ ਕਮਾਈ ਆਪਾਂ ਕਹਿੰਦੇ ਹਾਂ ਨਾ। ਕੱਲ ਤਾਰਨ ਗੁਰੂ ਨਾਨਕ ਆਇਆ, ਹੁਣ ਇਹ ਵਰਣਨ ਹੈ, ਇਹ ਵਰਣ ਹੈ, ਉਹਨੂੰ ਕੀ ਕਹੀਏ? ਕਹਿਣ ਲੱਗੇ ਸੋ ਜੋਗੀ, ਅਸੀਂ ਜੋਗੀ ਦੀ ਗੱਲ ਕਰਾਂਗੇ ਤੇ ਸਾਡੇ ਧਿਆਨ ਤੇ ਕੰਨਾਂ 'ਚ ਪਾਈਆਂ ਮੁੰਦਰਾਂ ਵਾਲਾ ਇੱਕ ਭਗਵੇ ਕੱਪੜਿਆਂ ਵਾਲਾ ਹੋਏਗਾ? ਨਹੀਂ ਨਹੀਂ ਨਹੀਂ, ਅਸੀਂ ਉਹਦੀ ਗੱਲ ਨਹੀਂ ਇੱਥੇ ਕਰਦੇ। ਇੱਥੇ ਬੈਠ ਕੇ ਜਦੋਂ ਵੀ ਭਾਵੇਂ ਕੋਈ ਇਹੋ ਜਿਹਾ ਸੰਗਿਆਤਮਕ ਨਾਮ ਆ ਜਾਏਗਾ ਜੋ ਉਹਦਾ ਬਾਹਰਲਾ ਦਰਸ਼ਨ ਕਿਸੇ ਸੰਪਰਦਾ ਦੇ ਨਾਲ ਹੋਵੇਗਾ, ਬਾਹਰਲਾ ਸਰੂਪ ਉਹਦਾ ਕਿਸੇ ਜਾਤ ਵਰਣਨ ਦੇ ਨਾਲ ਹੋਵੇਗਾ, ਪਰ ਜਦੋਂ ਗੁਰਬਾਣੀ ਪੜ੍ਹਦੇ ਹਾਂ ਇੱਥੇ ਬੈਠ ਕੇ ਗੱਲ ਕਰਾਂਗੇ, ਕਿਸੇ ਦੀ ਗੱਲ ਅਸੀਂ ਨਹੀਂ ਕਰ ਰਹੇ, ਅਸੀਂ ਆਪਣੀ ਗੱਲ ਕਰ ਰਹੇ ਹਾਂ, ਬਸ ਅਸੀਂ ਆਪਣੀ ਗੱਲ ਕਰ ਰਹੇ ਹਾਂ। ਜਿਹੜਾ ਵੀ ਸਾਡੇ ਚੋਂ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਤੁਰ ਕੇ ਉਸਤੁਤ ਕਰਨ ਲੱਗ ਪਏਗਾ, ਪਾਤਸ਼ਾਹ ਲੱਗੇ ਉਹ ਜੋਗੀ ਹੈ ਮੇਰਾ ਭਾਈ, ਐਸਾ ਜੋ ਕਮਾਵੋ ਜੋਗੀ ਹੈ ਉਹ ਮੇਰਾ ਜੋਗੀ ਹੈ। ਹੁਣ ਉਹ ਜੋਗੀ ਨਹੀਂ ਹੈ ਜੋ ਮੋਢੇ 'ਤੇ ਕੋਈ ਡੰਡਾ ਰੱਖੀ ਫਿਰਦਾ ਅਤੇ ਕਿਸੇ ਪਹਾੜ ਦੀ ਚੋਟੀ, ਅਸੀਂ ਉਹਦੀ ਵਿਆਖਿਆ ਨਹੀਂ ਕਰਦੇ, ਉਹ ਹੋਏਗਾ ਆਪਣੇ ਘਰ, ਜੋ ਹੋਏਗਾ ਮੁਬਾਰਕ, ਉਹ ਆਪਣੇ ਘਰ ਰਾਜੀ, ਪਰ ਅਸੀਂ ਜੋਗੀ ਹਾਂ ਆਪਣੇ ਗੁਰੂ ਦੇ। ਯੁੱਗ ਮਤਲਬ ਜੁੜੇ ਹੋਏ। ਕੈਸਾ ਜੋਗੀ ਹੈ? ਨਿਹਕਾਮ ਕਾਮਨਾ ਤੋਂ ਰਹਿਤ ਹੋ ਗਿਆ, ਜਿਹੜਾ ਆਪਣੇ ਗੁਰੂ ਦੀ ਉਸਤਤ ਵਿੱਚ ਟਿਕ ਗਿਆ। ਹੌਲੀ ਹੌਲੀ ਗੁਰੂ ਦੀ ਉਸਤਤ ਦਾ ਪ੍ਰਭਾਵ ਪੈਣਾ ਹੈ, ਉਹਦੀ ਕਾਮਨਾਵਾਂ ਆਪਣੇ ਆਪ ਸਕਿਪ ਕਰ ਜਾਣੀਆਂ ਨੇ, ਉਹਦੇ ਹਿਰਦੇ ਚੋਂ ਕਾਮਨਾਵਾਂ ਮਿਟਣੀਆਂ ਨੇ। ਅਗਰ ਕੋਈ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਪੜ੍ਹਨ ਲੱਗ ਪੈਂਦਾ ਹੈ ਤਾਂ, ਜੇ ਪ੍ਰੇਮ ਤੋਂ ਬਿਨਾਂ ਦਿਖਾਵੇ ਲਈ ਪੜ੍ਹਦਾ ਤੇ ਕਾਮਨਾਵਾਂ ਵੱਧਦੀਆਂ ਜਾਣਗੀਆਂ। ਇਹ ਦੋ ਦਰਸ਼ਨ ਹੁੰਦੇ ਨੇ। ਜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ, ਭਾਵ ਦੇ ਨਾਲ ਕਰਨ ਲੱਗ ਪਿਆ ਤੇ ਹਿਰਦਾ ਨਿਰਮਲ ਹੋਣ ਲੱਗ ਪਏਗਾ, ਤੇ ਜੇ ਦਿਖਾਉਣ ਵਾਸਤੇ ਕਰਨ ਲੱਗ ਪਏਗਾ ਤੇ ਅਹੰਕਾਰ ਵਧਣ ਲੱਗ ਪਏਗਾ। ਫਿਰ ਬੜੇ ਪਿਆਰ ਨਾਲ ਚੇਤਾ ਰੱਖਣਾ, ਪਰਚੈ ਰਾਮ ਰਵੈ ਜੋ ਕੋਈ, ਜਦੋਂ ਕੋਈ ਸਾਂਝ ਪਾ ਲੈਂਦਾ, ਪਰਚੈ ਦਾ ਮਤਲਬ ਪਰਿਚੈ, ਆਪਾਂ ਹਿੰਦੀ 'ਚ ਕਹਿੰਦੇ ਪਰਿਚੈ, ਸਾਂਝ ਪੈ ਲੈਣਾ, ਜਦੋਂ ਕੋਈ ਸਾਂਝ ਹੀ ਹੋ ਜਾਂਦਾ ਹੈ, ਜਦੋਂ ਕਿਸੇ ਦਾ ਮਨ ਆਪਣੇ ਗੁਰੂ ਸ਼ਬਦ ਦੇ ਨਾਲ, ਆਪਣੇ ਗੁਰੂ ਦੇ ਨਾਲ ਸਾਂਝੀ ਬਣ ਜਾਂਦਾ ਹੈ, ਹੁਣ ਉਹ ਲੱਗ ਪੈਂਦਾ ਹੈ, ਸੁਣਨ ਲੱਗ ਪੈਂਦਾ ਆਪਣੇ ਗੁਰੂ ਦੀ ਗੱਲ ਅਤੇ ਉਹਨਾਂ ਗਿੱਝ ਜਾਂਦਾ ਹੈ। ਅਭਿਆਸੀ ਸ਼ਬਦ ਸਾਡੇ ਕੋਲ ਹੈ, ਜਦੋਂ ਕੋਈ ਅਭਿਆਸੀ ਹੋ ਜਾਂਦਾ ਹੈ, ਅਤੇ ਅਭਿਆਸੀ ਉਹੀ ਹੁੰਦਾ ਹੈ ਜੋ ਅਭਿਆਸ ਕਰਦਾ ਹੈ, ਜੋ ਅਭਿਆਸ ਨਹੀਂ ਕਰਦਾ ਉਹ ਅਭਿਆਸੀ ਨਹੀਂ ਹੁੰਦਾ, ਜੋ ਮਿਲਦਾ ਹੀ ਨਹੀਂ ਉਹ ਸਾਂਝੀ ਕਿੱਥੋਂ ਹੋਏਗਾ? ਅਸੀਂ ਤੁਸੀਂ ਕਦੇ ਮਿਲੇ ਨਹੀਂ, ਸਾਂਝੀ ਥੋੜ੍ਹਾ, ਜਿਹੜੇ ਮਿਲਦੇ ਹਾਂ ਉਹਨਾਂ ਦੀ ਸਾਂਝ ਹੁੰਦੀ। ਹੌਲੀ ਹੌਲੀ ਅਸੀਂ ਮਿਲਣੋਂ ਹਟ ਜਾਂਦੇ ਹਾਂ, ਕਦੇ ਮਹੀਨੇ ਬਾਅਦ ਮਿਲੇ, ਕਦੇ 2 ਸਾਲ ਬਾਅਦ ਮਿਲੇ, ਅਸੀਂ ਕਹਿੰਦੇ ਹੁਣ ਦੂਰ ਦੀ ਸਾਂਝ ਹੈ। ਸਾਂਝ ਤਾਂ ਹੈ ਪਰ ਦੂਰ ਦੀ ਸਾਂਝ, ਕਿਉਂਕਿ ਕਾਹਦਾ ਦੂਰ ਪੈ ਗਿਆ? ਮੀਲਾਂ ਦੀ ਨਹੀਂ, ਹੁਣ ਸਮੇਂ ਦਾ ਗੈਪ ਪੈ ਗਿਆ। ਹੋ ਸਕਦਾ ਘਰ ਅਗਲ ਬਗਲ ਹੁਣ, ਪਰ ਫਿਰ ਵੀ ਅਸੀਂ ਮਿਲਦੇ ਨਹੀਂ ਹਾਂ, ਔਰ ਹੋ ਸਕਦਾ ਤੁਸੀਂ ਦੂਸਰੇ ਟਾਈਮ ਜ਼ੋਨ 'ਚ ਰਹਿੰਦੇ ਹੋ ਅਤੇ ਰੋਜ਼ ਮਿਲਦੇ ਹੋ। ਆ ਮਿਲਦੇ ਨੇ ਆਪਣੇ ਪਰਿਵਾਰ ਦੇ ਜੀ ਨੂੰ, ਅਸੀਂ ਰੋਜ਼ ਫੋਨ ਕਰਕੇ ਮਿਲਦੇ ਹਾਂ, ਸਾਰੇ ਮਿਲਦੇ ਨੇ, ਅਸੀਂ ਸਾਂਝੀ ਬੜੇ ਨਿਕਟਤਾ। ਇਸੇ ਤਰ੍ਹਾਂ ਗੁਰੂ ਦੇ ਨਾਲ ਵੀ ਸਾਂਝ ਸਰੀਰਾਂ ਦੀ ਨਹੀਂ ਜੇ, ਮੀਲਾਂ ਦੀ ਨਹੀਂ ਜੇ, ਟਾਈਮ ਜ਼ੋਨ ਦੀ ਨਹੀਂ ਜੇ, ਅੰਦਰ ਦੀ ਹੈ। ਜਿਹੜੇ ਗੁਰੂ ਨਾਨਕ ਜੀ ਹੋ ਗਏ ਨੇ ਪਰਚੈ, ਪਰ ਕਿਵੇਂ ਹੋਵੇ? ਰਾਮ ਰਵੈ, ਸਾਂਝ ਕਿਵੇਂ ਹੋਏਗੀ? ਉਹਨੂੰ ਰਾਮ ਰਵੈ ਕਰਨਾ ਪਏਗਾ। ਰਵੈ ਦਾ ਮਤਲਬ ਹੁੰਦਾ ਰਵਣਾ, ਬੋਲਣਾ, ਜਪਣਾ, ਪੜ੍ਹਨਾ, ਉਹਨੂੰ ਤਾਂ ਕਰਨਾ ਪੈਣਾ। ਆਪਣੇ ਜੀਆਂ ਦੇ ਨਾਲ, ਮਿੱਤਰਾਂ ਦੇ ਨਾਲ ਕਿਵੇਂ ਸਾਂਝ ਬਣਦੀ? ਬੋਲਦੇ ਹਾਂ, ਜੇ ਸਾਡਾ ਬੋਲਚਾਲ ਟੁੱਟ ਜਾਏ ਤਾਂ ਫਿਰ ਸਾਡੀ ਕੋਈ ਸਾਂਝ ਵੀ ਟੁੱਟ ਜਾਂਦੀ ਹੈ। ਅਸੀਂ ਕਦੇ ਕਦੇ ਕਹਿੰਦੇ ਹੁਣ ਸਾਡਾ ਜੀ ਬੋਲਚਾਲ ਨਹੀਂ ਹੈ, ਪਹਿਲਾਂ ਅਸੀਂ ਬੋਲਦੇ ਸਾਂ, ਮਿੱਤਰ ਸਾਂ, ਭਰਾ ਸਾਂ, ਇਹ ਸਾਂ, ਉਹ ਸਾਂ, ਪਰ ਹੁਣ ਸਾਡਾ ਬੋਲਚਾਲ ਨਹੀਂ ਹੈ। ਅਤੇ ਫਿਰ ਤੀਸਰਾ ਕੋਈ ਕਹਿੰਦਾ ਆਹੋ ਤੁਹਾਡਾ ਬੋਲਚਾਲ ਕਰਾ ਦਿੰਦੇ ਹਾਂ। ਕੋਈ ਤੀਸਰਾ ਤਕੜਾ ਬੰਦਾ ਆਉਂਦਾ ਜਿਹਦੀ ਦੋਨੋਂ ਧਿਰਾਂ ਗੱਲ ਮਿਲਦੇ ਨੇ, ਇੱਕ ਦਿਨ 2 ਮਿੰਟ ਲਈ ਬੁਲਾਉਂਦਾ ਕਿ ਲੈ ਬਾਈ ਪੁਰਾਣੀ ਛੱਡੋ ਅਤੇ ਅੱਜ ਤੋਂ ਬਾਅਦ ਫਿਰ ਬੋਲਚਾਲ ਆਰੰਭ ਕਰ ਲਓ। ਅਸੀਂ ਕਹਿੰਦੇ ਨਹੀਂ, ਸਾਡਾ ਹੁਣ ਬੋਲਚਾਲ ਹੋ ਗਿਆ, ਬੋਲਚਾਲ ਸੀਗਾ, ਬੋਲਚਾਲ ਟੁੱਟ ਗਿਆ, ਬੋਲਚਾਲ ਹੋ ਗਿਆ। ਇਸੇ ਤਰ੍ਹਾਂ ਗੁਰੂ ਦੇ ਨਾਲ ਵੀ ਸਾਡਾ ਬੋਲਚਾਲ ਸੀਗਾ, ਵਿੱਚੋਂ ਟੁੱਟ ਗਿਆ, ਅਸੀਂ ਆਏ ਹਾਂ, ਮਹਾਰਾਜ ਸਾਡਾ ਬੋਲਚਾਲ ਫਿਰ ਹੋ ਜਾਏ। ਅਤੇ ਗੁਰੂ ਨਾਲ ਬੋਲਚਾਲ ਕਰਨ ਦੀ ਕੀ ਹੈ? ਹੁਣ ਗੁਰੂ ਮੈਨੂੰ ਘਰ ਆ ਕੇ ਬੁਲਾਉਣ? ਨਹੀਂ, ਉਹਨਾਂ 'ਤੇ ਬੁਲਾ ਦਿੱਤਾ। ਕਿਹਾ ਉਹਨੇ 'ਤੇ, ਕਿਹਾ ਭਾਈ ਬੋਲਿਆ ਕਰ, ਬੋਲੋ ਸਤਨਾਮ ਕਰਤਾਰ ਬੋਲਿਆ ਕਰ ਲਓ। ਹਰ ਕੋਈ ਜੀ ਘਰ ਕੇ ਬਹਿ ਕੇ ਬੋਲਿਆ ਕਰੇ, ਵਾਹਿਗੁਰੂ 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 ਬੋਲੀ ਜਾਵੇ, ਕੌਣ ਮਨਾ ਕਰਦਾ? ਕਿਸੇ ਨੂੰ ਕੀ ਤਕਲੀਫ ਹੈ? ਬੋਲਦਾ ਮੈਂ ਹਾਂ, ਆਪਣੇ ਗੁਰੂ ਦਾ ਸ਼ਬਦ ਬੋਲਦਾ ਹਾਂ, ਕੋਈ ਪੜ੍ਹੇ ਮੇਰਾ ਗੁਰੂ ਸਭ ਤੋਂ ਵੱਡਾ ਹੈ,
ਗੁਰਬਾਣੀ ਦੀ ਕੋਈ ਤੁੱਕ ਪੜ੍ਹੀ ਜਾਓ ਕਿਸ ਨੂੰ ਅਹਿਸਾਸ ਹੈ, ਪਰ ਇਸ ਦੇ ਸਦਕੇ ਗੁਰੂ ਨਾਲ ਸਾਂਝ ਬਣ ਜਾਏਗੀ। ਰਵੈ ਬੋਲਣਾ ਤੇ ਪੈਣਾ, ਪਤਾ ਫਿਰ ਕੀ ਹੋਏਗਾ, ਫਿਰ ਉਹ ਅਵਸਥਾ ਮਿਲੇਗੀ ਜਿਵੇਂ ਹੁਣ ਅਸੀਂ ਟੁੱਟ ਗਏ ਸਾਂ, ਮਿਲ ਗਏ ਹਾਂ, ਬੋਲਣ ਲੱਗ ਪਏ ਹਾਂ, ਹੁਣ ਕੋਈ ਦੁਬਿਧਾ ਨਹੀਂ ਵੀ ਸਾਡੀ ਜੋ ਦੁਬਿਧਾ ਮਿਟ ਗਈ, ਹੁਣ ਸਾਡਾ ਬੋਲ ਚਾਲ ਹੋ ਗਏ, ਹੁਣ ਜਦੋਂ ਕੋਈ ਗੱਲ ਹੋਏਗੀ ਮੈਂ ਪੁੱਛ ਲਾਂਗਾ। ਕਹਿਣ ਲੱਗੇ ਠੀਕ ਇਸੇ ਤਰ੍ਹਾਂ ਪਾਰਸ ਪਰਸ ਹੈ ਦੁਬਿਧਾ ਨਾ ਹੋਈ। ਜਿਵੇਂ ਸਿਆਣੇ ਕਹਿੰਦੇ ਨੇ ਪਾਰਸ ਕੋਈ ਧਾਤੂ ਹੈ, 8 ਧਾਤੂਆਂ ਚੋਂ ਕੋਈ ਧਾਤੂ ਨੂੰ ਛੁਆ ਦਈਏ ਤੇ ਸੋਨਾ ਬਣ ਜਾਂਦੀ ਹੈ। ਹੁਣ ਇੱਕ ਵਾਰ ਅਸੀਂ ਧਾਤੂ ਪਾਰਸ ਨੂੰ ਛੁਆ ਦਿੱਤੀ, ਉਹ ਸੋਨਾ ਬਣ ਗਈ, ਹੁਣ ਕੋਈ ਦੁਬਿਧਾ ਥੋੜਾ ਰਹਿ ਗਈ, ਸੋਨਾ ਬਣ ਗਏ, ਹੁਣ ਪਾਰਸ ਦੇ ਬਾਰੇ ਕੋਈ ਦੁਬਿਧਾ ਥੋੜਾ ਹੈ। ਇਸੇ ਤਰ੍ਹਾਂ ਜਦੋਂ ਸਾਡੇ ਚੋਂ ਜਿਤਨੇ ਅਸੀਂ ਜੀ ਵਿਚਰਦੇ ਹਾਂ, ਜਦੋਂ ਸੁਰਤ ਕਰਕੇ ਸ਼ਬਦ ਨਾਲ ਜੁੜਾਂਗੇ, ਭਲਾ ਫਿਰ ਵੀ ਕੋਈ ਦੁਬਿਧਾ ਬਾਕੀ ਰਹਿ ਜਾਏਗੀ? ਆ ਦੁਬਿਧਾਵਾਂ ਜਿਤਨੀਆਂ ਸਾਡੇ ਵਿੱਚ ਨੇ ਉਹ ਉਨ੍ਹਾਂ ਚਿਰ ਹੀ ਨੇ ਜਿੰਨਾ ਚਿਰ ਸਾਡੀ ਸੁਰਤ ਸ਼ਬਦ ਨੂੰ ਨਹੀਂ ਛੂੰਹਦੀ, ਉਹਨਾਂ ਚਿਰ ਦੁਬਿਧਾ ਹੈ, ਉਹਨਾਂ ਚਿਰ ਸ਼ੱਕ ਹੈ, ਉਹਨਾਂ ਚਿਰ ਖਿਆਲ ਬਦਲਦੇ ਨੇ। ਆ ਕਦੇ ਆ ਤਾਰ ਤੋਂ ਆ ਪਲਾਸਟਿਕ ਜਾਂ ਉਤਰ ਜਾਏ ਤੇ ਸਾਨੂੰ ਸ਼ੱਕ ਹੁੰਦਾ, ਪਤਾ ਨਹੀਂ ਬਿਜਲੀ ਹੈ ਕਿ ਨਹੀਂ ਹੈ, ਤੇ ਜੇ ਕਿਤੇ ਉਂਗਲ ਲੱਗ ਜਾਏ ਤੇ ਫਿਰ ਕੋਈ ਸ਼ੱਕ ਬਾਕੀ ਰਹਿੰਦਾ, ਫਿਰ ਤੇ ਚਰਨਾਹਟ ਹੀ ਛਿੜਦੀ ਹੈ, ਮੌਤ ਹੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਸੁਰਤ ਸ਼ਬਦ ਨੂੰ ਛੂਹਦੀ ਹੈ, ਫਿਰ ਤੇ ਚਰਨਾਹਟ ਹੀ ਛਿੜਦੀ ਹੈ, ਤੇ ਫਿਰ ਮਨ ਦੀ ਮੌਤ ਹੀ ਹੁੰਦੀ ਹੈ, ਫਿਰ ਕੋਈ ਸ਼ੱਕ ਨਹੀਂ ਹੁੰਦਾ, ਫਿਰ ਤੇ ਉਹੀ ਪ੍ਰਗਟ ਹੁੰਦਾ ਹੈ ਜੋ ਹੁੰਦਾ ਹੈ, ਫਿਰ ਤੇ ਬਿਜਲੀ ਦਿਸਦੀ ਤੇ ਨਹੀਂ ਹੈ ਪਰ ਆਪਣਾ ਕਾਰਾ ਕਰ ਜਾਂਦੀ ਹੈ। ਇਵੇਂ ਜਦੋਂ ਸੁਰਤ ਸ਼ਬਦ ਨੂੰ ਛੂਹ ਜਾਂਦੀ ਹੈ, ਬਿਸਤਕ ਦਿਸਦਾ ਨਹੀਂ ਹੈ ਪਰ ਆਪਣਾ ਕੰਮ ਕਰ ਦਿੰਦਾ, ਕੋਈ ਦੁਬਿਧਾ ਨਹੀਂ, ਪੁੱਤ ਹੁੰਦਾ ਹੈ ਬਸ। ਜਿਵੇਂ ਇੱਕ ਵਚਨ ਹੈ, ਚੱਕ ਛੋਡੀ ਪਲੇਟ ਚ ਕਿਸੇ ਨੂੰ ਕੋਈ ਵਸਤੂ ਪਾ ਕੇ ਦਿੱਤੀ ਹੈ, ਜਿਹੜੀ ਚੀਜ਼ ਅਸਾਂ ਚੱਖ ਲਈਏ ਉਹਦੇ ਬਾਰੇ ਦੱਸ ਸਕਦੇ ਹਾਂ ਵੀ ਇਹ ਖੱਟੀ ਹੈ, ਮਿੱਠੀ ਹੈ, ਕੌੜੀ, ਕਿਹੋ ਜਿਹਾ, ਕਿਉਂਕਿ ਅਸਾਂ ਨੇ ਸਵਾਦ ਲਿਆ ਹੋਇਆ। ਤੇ ਜਿਹੜੀ ਚੀਜ਼ ਨਹੀਂ ਵੇਖੀ ਸੁਣੀ ਉਹਦੇ ਬਾਰੇ ਦੁਬਿਧਾ, ਪਤਾ ਨਹੀਂ ਭਾਈ ਰੰਗ ਤੇ ਸੁਥਰਾ ਹੈ, ਪਤਾ ਨਹੀਂ ਸਵਾਦ ਕਿਹੋ ਜਿਹਾ, ਜੇ ਸਵਾਦ ਚੰਗਾ ਹੈ ਤੇ ਪਤਾ ਨਹੀਂ ਸਿਹਤ ਵਾਸਤੇ ਦਾ ਕੀ ਇਫੈਕਟ ਹੋਏਗਾ, ਨਾ ਭਾਈ ਮੈਨੂੰ ਸ਼ੱਕ ਹੈ ਮੈਂ ਨਹੀਂ ਖਾਂਦਾ। ਹਰ ਸਿਆਣਾ ਵਿਅਕਤੀ ਖਾਣ ਤੋਂ ਪਹਿਲਾਂ ਸੋਚਦਾ ਹੈ ਵੀ ਇਹ ਜੋ ਨਵਾਂ ਆਈਟਮ ਮੇਰੇ ਕੀ ਰੱਖਿਆ, ਪਤਾ ਨਹੀਂ ਮੇਰੀ ਸਿਹਤ ਵਾਸਤੇ ਠੀਕ ਹੈ ਕਿ ਗਲਤ ਹੈ, ਤੇ ਜੋ ਰੋਜ਼ ਵਰਤਦਾ ਕਹਿਣ ਲੱਗਾ ਕੋਈ ਸ਼ੱਕ ਨਹੀਂ ਮੈਨੂੰ ਪਤਾ ਹੈ। ਇਵੇਂ ਹੀ ਜਦੋਂ ਪਚੇ ਹੋ ਜਾਂਦਾ ਸ਼ਬਦ ਨਾਲ ਤੇ ਫਿਰ ਕਹਿੰਦਾ ਮੈਨੂੰ ਪਤਾ ਹੈ ਇੱਥੇ ਸਭ ਕੁਛ ਹੈ, ਤੇ ਜਿਸ ਦੀ ਸਾਂਝ ਨਹੀਂ ਪਈ ਉਹ ਕਹਿੰਦਾ ਪਤਾ ਨਹੀਂ ਇੱਦਾਂ ਕਿੱਦਾਂ ਹੋ ਜਾਂਦਾ ਹੈ, ਕੀ ਅਰਦਾਸ ਕਰਨ ਦੇ ਨਾਲ, ਕੀ ਮੱਥਾ ਟੇਕਣ ਦੇ ਨਾਲ ਕੁਛ ਹੋ ਜਾਂਦਾ ਹੈ, ਇੱਦਾਂ ਕਿੱਦਾਂ ਹੋ ਜਾਂਦਾ ਹੈ, ਪਰ ਉਹਦੇ ਲਈ ਕੁਛ ਨਹੀਂ ਹੁੰਦਾ। ਜਿਹਦਾ ਜੁੜ ਜਾਂਦਾ ਹੈ ਉਹਦੇ ਲਈ ਸਭ ਕੁਛ ਹੋ ਜਾਂਦਾ ਹੈ, ਜਿਵੇਂ ਤਾਰ ਜੁੜ ਜਾਂਦੀ ਹੈ ਤੇ ਬਲਬ ਜਗ ਪੈਂਦਾ ਹੈ, ਤੇ ਨਾਦਾਨ ਕੀ ਗੱਲ ਹੈ, ਇਹ ਲਾਟੂ ਜੇ ਚੋਂ ਰੋਸ਼ਨੀ ਕਿਵੇਂ ਆ ਜਾਂਦੀ ਹੈ? ਪਰ ਜਦੋਂ ਤਾਰ ਜੁੜੇਗੀ ਤੇ ਰੋਸ਼ਨੀ ਆ ਜਾਏਗੀ। ਜਦੋਂ ਪਰਚੈ ਰਾਮ ਪਾਰਸ ਪਰਸ ਹੈ ਦੁਬਿਧਾ ਨਾ ਹੋਈ, ਬੜੇ ਪਿਆਰ ਨਾਲ ਸਮਝਾਉਂਦੇ, ਫਿਰ ਸੁਣੋ। ਸੋ ਮੁਨ, ਭਾਈ ਮੁਨੀ ਇੱਕ ਸ਼ਬਦ ਹੈ ਭਾਰਤੀ ਦਰਸ਼ਨ ਦਾ, ਮੁਨੀ ਸ਼ਬਦ ਇਕੱਠਾ ਸੀ, ਰਿਸ਼ੀ ਮੁਨੀ ਕਹਿ ਦੇਣੇ ਆ, ਜਿਹੜਾ ਮਨ ਦੇ ਕੋਈ ਗੱਲਾਂ ਬਾਤਾਂ ਕਰੇ, ਮਨ ਦੀ ਸਮਝ ਰੱਖਣ ਦੀ ਕੋਸ਼ਿਸ਼ ਕਰੇ, ਮਨ ਨੂੰ ਪਕੜਨ ਦੀ ਗੱਲ ਕਰੇ, ਸੀ ਉਹਨੂੰ ਮੁਨੀ ਕਹਿੰਦੇ ਆ। ਮੁਨੀ ਕੌਣ ਹੋਵੇਗਾ? ਅਸਾਂ ਦੇ ਬਾਰੇ ਮਨ ਦੇ ਚ ਮੁਨੀਆਂ ਦਾ ਦਰਸ਼ਨ ਹੁੰਦਾ ਕਿ ਉਹ ਜੱਟਾ ਜੂਟ ਨੇ ਪਿੰਡਾਂ ਸ਼ਹਿਰਾਂ ਤੋਂ ਬਾਹਰ ਆਸ਼ਰਮ ਬਣਾ ਕੇ ਬੈਠੇ ਹੋਣਗੇ। ਨਹੀਂ ਨਹੀਂ ਨਹੀਂ, ਗੁਰੂ ਨਾਨਕ ਉਹਨਾਂ ਦੀ ਗੱਲ ਨਹੀਂ ਕਰਦੇ, ਆ ਗੁਰਬਾਣੀ ਚ ਉਹਨਾਂ ਦਾ ਦਰਸ਼ਨ ਨਹੀਂ ਹੈ। ਸੋਨ ਮੁਨੀ ਕੌਣ ਹੈ? ਮਨ ਕੀ ਦੁਬਿਧਾ ਖਾਏ, ਸਾਡੇ ਚੋਂ ਜਿਸਨੇ ਵੀ ਆਪਣੇ ਮਨ ਦੀ ਦੁਬਿਧਾ ਨੂੰ ਮਿਟਾ ਦਿੱਤਾ ਖਾ ਗਿਆ ਉਹ ਮੁਨੀ ਹੈ। ਪਰ ਜਾਏ ਕਿੱਥੇ? ਬਿਨ ਦੁਆਰੇ ਤ੍ਰੈਲੋਕ ਸਮਾਏ, ਬੜਾ ਰਹੱਸਵਾਦੀ ਸ਼ਬਦ ਜੇ, ਦਰਵਾਜ਼ੇ ਥਾਈ ਤੇ ਅੰਦਰ ਅੰਦਰ ਆਇਆ ਜਾ ਸਕਦਾ ਹੈ, ਪਰ ਦਰਵਾਜ਼ਾ ਹੀ ਨਾ ਹੋਵੇ ਤੇ ਕਿੱਦਾਂ ਵਜਾਵਾਂਗੇ? ਬਿਨ ਦੁਆਰੇ ਤ੍ਰੈਲੋਕ ਸਮਾਏ, ਦਿਸ ਕਿਉਂਕਿ ਦਿਸਦਾ ਕੁਛ ਨਹੀਂ, ਮੁਨੀ ਹੈ ਜਿਸ ਨੂੰ ਜਿੱਥੇ ਜਾਣ ਲਈ ਦਰਵਾਜ਼ਾ ਕੋਈ ਨਜ਼ਰ ਨਹੀਂ ਆਉਂਦਾ ਪਰ ਸਮਾ ਜਾਂਦਾ। ਭਲਾ ਅੱਜ ਤੱਕ ਕਦੇ ਕਿਸੇ ਦੱਸਿਆ ਜੇ ਕਿ ਸਮੁੰਦਰ ਦੇ ਵਿੱਚ ਜਾਣ ਦਾ ਕੋਈ ਦਰਵਾਜ਼ਾ ਹੈ? ਸਭ ਥਾਵਾਂ ਤੇ ਜੋ ਅਸਾਂ ਤੁਸਾਂ ਬਣਾਏ ਹੁੰਦੇ ਨੇ ਪ੍ਰਵੇਸ਼ ਦੁਆਰ ਲਿਖੇ ਹੁੰਦੇ ਨੇ, ਐਂਟਰੈਂਸ ਲਿਖਿਆ ਹੁੰਦਾ, ਪਰ ਕੀ ਸਮੁੰਦਰ ਤੇ ਵੀ ਕਦੇ ਕਿਸੇ ਲਿਖਿਆ ਵੀ ਆਹ ਇਹਦਾ ਪ੍ਰਵੇਸ਼ ਦੁਆਰ ਹੈ, ਇੱਥੋਂ ਅੰਦਰ ਜਾਣਾ ਤੇ ਇੱਥੋਂ ਬਾਹਰ ਜਾਣਾ? ਨਹੀਂ, ਚਾਰ ਸਫੇਰੇ ਖੁੱਲ੍ਹਾ ਹੈ, ਜਿੱਥੇ ਮਰਜ਼ੀ ਕਿਨਾਰੇ ਚਲੇ ਜਾਓ, ਉਹ ਬਾਹਰ ਨੂੰ ਛੱਲਾ ਮਾਰਦਾ ਹੈ ਪਰ ਉੱਥੋਂ ਅੰਦਰ ਜਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਬ੍ਰਹਮੰਡੀ ਪਸਾਰੇ ਵਿੱਚ ਇੱਥੇ ਕਿਤੇ ਵੀ ਕੋਈ ਇੱਕ ਵਿਸ਼ੇਸ਼ ਦਰਵਾਜ਼ਾ ਨਹੀਂ ਹੈ, ਬੇਸ਼ੱਕ ਅਸੀਂ ਉਸਨੂੰ ਗੁਰੂ ਦੁਆਰਾ ਕਹਿੰਦੇ ਹਾਂ, ਪਰ ਫਿਰ ਕਹਿ ਦਈਏ ਜਿੱਥੇ ਵੀ ਕਿਤੇ ਅਸੀਂ ਹੋਵਾਂਗੇ
गुरु सदा संग होएगा। इत्थे दुनिया दे द्वारियां दी कोई कीमत नहीं है, दुनिया दे एंट्रेंस गेट का कोई मुल नहीं। तो जिहड़ा मन नूं मार लैंदा है, मन की दुबधा मिटांदा है, वह बिना द्वारियां तो ही भाव बिना किसी बाहरे दर्शन तो परमात्मा नाल जुड़ जांदा है। बिन द्वारे त्रैलोक समाए था क्यों, मन का सुभाव सब कोई करे। साड़ी मजबूरी है, असी जो कुछ भी करते हैं अपने मन दे सुभा करके करते हैं, पर प्यारे बदलना की है, अपने मन के सुभा करके नहीं, गुरु के सुभा करके कुछ करना है। करता होए सो अन पहर है, जिहड़ा इस मुकाम ते पहुंच जाता है, गुरु करते ना जुड़ जाता है, गुरु करते नूं जान लैंदा है, वो अन भै वो भै तो मुक्त हो जाता है। जिथे असी कहने निरभाव हो जाता है, तो किवें असां पहुंचना है, निरभाव जपै सगल भाव मिटै, वो अनभै होकर रह जाएगा। हुण जुग दसदे ने किस फल तक पहुंचने वास्ते सानू की करना पैना है, कहण लगे भाई हर चीज का किते पहुंचने का कोई मार्ग हुंदा है, सिस्टम हुंदा है, कोई प्रोसैस हुंदा है। एक कुदरत ते प्रोसैस का दर्शन कराते हैं, जो आ कदे कदे से तर्क वितर्क करते हैं, आ नहीं करना चाहिए, आ नहीं होना, इदा क्यों उदा क्यों, भाई सानू तो फल चाहिए होंगे ना, असते फल लभदे हैं। पर कदे वेखिया माली नू निक्का जिहा बूटा रूड़ी च लार गड़ रहे है, उन्होंने कि क्यों ये बदबूदार रूड़ी दे विच बूटा क्यों गड़ रहे हैं, मैं तो गुलाब का फुल लभना सी, तू इत्थे बदबूर लिया के क्यों पा रहे हैं। वो चुप करके सुनता रहेगा, मेरिया नहीं सुनेगा, वो बदबूदार मिट्टी भी पा देगा, वो पानी भी पा देगा, कुछ दिन बाद आएगा वो कैंची ना कुछ कट भी देगा, देखांगे पत्ते आ गए। असीं सोचते सां गुलाब पर उत्ते कुछ होर ही निकलिया, पर सच जानना ये सब कुछ तो बाद ते गुलाब मिल रहा ना। जुगत है फल कारण फूली बन राए, प्रकृति दे विच फल चाहिए, पर सच जानना जे फुल पत्तियां ना होण ते फल कित्थों होवेगा। फल वास्ते पहला पत्ते चाहिए ने, फिर फुल खिड़ते ने, फिर कितने फल, फल कारण फूली बन रहा है, फल की प्राप्ति वास्ते सारी बनस्पति फुल दी है फल दी है, पर फल लागा तब फूल बिलाए। फिर कौड़ा सच वड्डा ये है कि जो फल लग जाए फिर फुल की कीमत खत्म हो जाती, फुल नूं मिटना ही पैंदा है। इवें ही प्रकृति दे विच ज्ञान खेत्र दे विच अगले स्टैप ते जाते पिछले नूं मिटना ही पैंदा है। जे असीं प्राइमरी सैक्शन च पढ़दे हां मिडल विच जाना है तो प्राइमरी स्कूल छड्डना ही पैना है। बड़े चंगे खिडौने लगते सन, छड्डने ही पैने ने, वो एप्पल बड़ा सोहना मूर्त का बनया होया सी जिस तों ए पढ़ी सी, पर वो छड्डना ही पैना है जे अगे जाना है, ते जे अगे नहीं जाना तो फिर ठीक है एप्पल की मूर्त नूं सांभ के बैठे रहो, ते जे तरक्की करनी है तो सब कुछ छुट्टदा चला जाना है, छुट्टदा चला जाना। जो बचपन बड़ा चंगा छुट गया ना, जवानी छुट गई ना, बुढ़ापे आ जाना है। फल कारण फूली बन राए, फल लागा तब फूल बिलाए, फूल नूं मिटना है। इसे करा ज्ञान कारण कर्म अभ्यास, ज्ञान की प्राप्ति करनी है तो मेहनत तो करनी पेगी, कर्म तो करना पेगा, तो कर्म संसार विच रह के करना है, एक दूजे दे नाल जुड़ के करना है, इतना ही करने चाहिए। ज्ञान है कर्म तो करना पैना है, ज्ञान कारण कर्म अभ्यास। हाँ अगली गल है ज्ञान भया तो कर्म है नाश, जो ज्ञान हो जाएगा ज्ञान प्रगटिया तो कर्म का नाश हो जाएगा, फिर भी कर्म करी जा नहीं, फिर तो अगे चले गए, फिर ज्ञान खंड च प्रवेश कर गए, ज्ञान खंड च फिर कर्मों का कोई चर्चा नहीं, उत्थे कर्म मिट जाता है। कर्म करने पैने ने ज्ञान की प्राप्ति लिए। फिर जुगत दूजी दसते ने कृत कारण दद मथै सयान, सयान सवाणी चाहिए है घ्यो ते बीबी रिड़कदी है दुध। असी कहने बीबी सानू तो घ्यो मखण चाहिए, वो कहती अजे तो रिड़क लैन दे, अजे वो को दही का भरिया पे है, पर असी कहने मखण मंगते हैं घ्यो मंगते हैं, कहती सबर कर रिड़क लैन दे, रिड़क दिए कोई समय बाद मखण कट दिए। असी कहने नहीं माता सानू तो घ्यो चाहिए, कह लगे होर सबर कर, फिर उसनों तपा के कुछ समय बाद एक प्रोसैसर है सिस्टम है, लगभग अठ पहर लग जाएंगे, कहेगी लै बेटा हुण घ्यो लै ला। इसे एक जुगत है ज्ञान की प्राप्ति लिए समा लगता है। कृत कारण दद मथे सयान, इसे करा जीवन मुक्त सदा निर्वाण, जीवन मुक्ति के मुकाम ते पहुंचने वास्ते भी जीवन के इस सफर के विचों
गुजरना पैना है, प्रकृति के हिसाब किताब चो चलना पैना है, इतने कुछ छड़िया नहीं जा सकता, हर एक की कीमत है। हाँ बाबा प्यार ना कहते कह रविदास परम बैराग, भगत जी बड़े प्यार ना कहते एक गल कह, हृदय राम की ना जप सभाग मूर्खा, तेरी बदकिस्मती है कि तेरे हिरदे च राम है पर जपदा नहीं, जिवें दुध दे विच घिओ ते है, उहनू जप तपा जाग लगा रिड़क ते घिओ प्राप्त कर लै, इवें तेरे हिरदे च परमेश्वर दा नाम है, कर्म कर मेहनत कर जप कर तप कर ते फल सल स्वरूप परमेश्वर दा नाम प्राप्त कर, गुर कृपा करन असीं किते कर सकीए, आए हम ऐ लैके बेनती करी महाराज, जब हम होते तब तू तू नाही, अब तू ही मैं नाही, मैं ही नहीं हाँ ते तू ही तू है, भुल चुक दी खिमा करना आसीस अते प्यार देंदे होया प्रवान करना जियो। वाहे गुरु जी का खालसा, वाहे गुरु जी की फतेह।